ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬ ਦੇ ਸਭ ਤੋਂ ਵੱਡੇ YouTube ਪਲੇਟਫਾਰਮ ਤੇ ਜਿਹਦਾ ਨਾਮ ਹੈ ਜੀ ਪੰਜਾਬ ਅੱਡਾ 247 ਮੇਰਾ ਨਾਮ ਹੈ ਮੁਸਕਾਨ ਕਸ਼ਿਪਤ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੀ ਡੇਲੀ ਕਲਾਸ ਲੱਗਦੀ ਹੈ ਸਾਇੰਸ ਦੀ 12 ਵਜੇ ਤਾਂ ਜਲਦੀ ਜਲਦੀ ਪਹਿਲਾ ਹੀ ਤੁਸੀਂ ਕਲਾਸ ਦੇ ਵਿੱਚ ਕਲਾਸ ਨੂੰ ਲਾਈਕ ਕਰ ਦਿਆ ਕਰੋ ਕਲਾਸ ਨੂੰ ਸ਼ੇਅਰ ਕਰ ਦਿਆ ਕਰੋ ਤੇ ਜਿਨ੍ਹਾਂ ਨੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਆਪਣੀ ਕਲਾਸ ਹੁੰਦੀ ਹੈ ਜੀ ਦੇਖੋ ਆਪਾਂ ਜਿੰਦੇ ਵਿੱਚ ਪ੍ਰੈਕਟਿਸ ਕੁਐਸ਼ਨਸ ਕਵਰ ਕਰਦੇ ਆਂ ਮਤਲਬ ਕਿ ਜਿਹੜੇ ਵੀ ਕੁਐਸ਼ਨਸ ਐਗਜ਼ਾਮ ਦੇ ਵਿੱਚ ਬਣ ਸਕਦੇ ਆਂ ਆਪਾਂ ਉਹਨਾਂ ਕੁਐਸ਼ਨਸ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਆਂ ਤਾਂ ਇਹ ਕੁਐਸ਼ਨਸ ਇੰਪੋਰਟੈਂਟ ਹੁੰਦੇ ਨੇ ਤੇ ਨਾਲ ਹੀ ਨਾਲ ਉਹਦਾ ਬੈਕਗ੍ਰਾਉਂਡ ਜਾਣਨ ਦੀ ਵੀ ਕੋਸ਼ਿਸ਼ ਕਰਦੇ ਆਂ ਆਪਾਂ ਹਰ ਇੱਕ ਚੀਜ਼ ਕਰਦੇ ਆਂ ਤਾਂ ਇਹ ਕਲਾਸ ਤੁਹਾਡੇ ਲਈ ਜੋ ਵੀ ਪੀਪੀਐਸਸੀ ਦੇ ਐਸਪਾਇਰੈਂਟਸ ਨੇ ਜੋ ਵੀ ਪੀਪੀਐਸਸੀ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਉਹਨਾਂ ਵਾਸਤੇ ਮੋਸਟ ਇੰਪੋਰਟੈਂਟ ਹੋਏਗੀ ਤੇ ਉਹਨਾਂ ਵਾਸਤੇ ਤਾਂ ਇੰਪੋਰਟੈਂਟ ਹੈ ਹੀ ਕਿਹਦੇ ਵਾਸਤੇ ਕੋਆਪਰੇਟਿਵ ਇਨਸਪੈਕਟਰ ਵਾਸਤੇ ਤੇ ਜਿਨਾਂ ਨੇ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ ਭਰਿਆ ਉਹਨਾਂ ਵਾਸਤੇ ਵੀ ਇਹ ਕਲਾਸ ਬਹੁਤ ਹੀ ਇੰਪੋਰਟੈਂਟ ਹੋਣ ਵਾਲੀ ਹੈ ਫਿਰ ਹਾਂਜੀ ਸਭ ਨੂੰ ਸਤਿ ਸ਼੍ਰੀ ਅਕਾਲ ਜੀ सुरेंद्र ਕੌਰ प्रदीप ਸਿੰਘ ਨਿਤਿਨ ਕੁਮਾਰ ਰਮਨਦੀਪ ਕੌਰ ਹਾਂਜੀ ਸਭ ਨੂੰ ਸਤਿ ਸ਼੍ਰੀ ਅਕਾਲ ਸਭ ਨੂੰ ਗੁੱਡ ਆਫਟਰਨੂੰ ਸਾਰੇ ਕਿਵੇਂ ਹੋ ਜੀ ਠੀਕ ਠਾਕ ਹੋ ਪੜਾਈ ਪ੍ਰੂਈ ਕਰ ਰਹੇ ਹਾਂ ਕਿਵੇਂ ਚੱਲ ਰਹੀ ਤੁਹਾਡੀ ਪੇਪਰ ਦੀ ਤਿਆਰੀ ਪੇਪਰ ਆ ਗਿਆ ਨਾ ਜਲਦੀ ਜਲਦੀ ਦੱਸੋ ਕਿਵੇਂ ਚੱਲ ਰਹੀ ਤੁਹਾਡੀ ਪੇਪਰ ਦੀ ਤਿਆਰੀ ਚਲੋ ਜੀ ਫਿਰ ਅਪਾ ਕਲਾਸ ਨੂੰ ਸਟਾਰਟ ਕਰਦੇ ਆਂ ਕਲਾਸ ਨੂੰ ਸਟਾਰਟ ਕਰ ਦਿੰਨੇ ਆਂ ਕਲਾਸ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਤੁਹਾਡਾ ਫਰਜ਼ ਯਾਦ ਦਵਾਇਆ ਜਾਂਦਾ ਪਤਾ ਹੀ ਹੋਏਗਾ ਕਿ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਤਾਂ ਤੁਸੀਂ ਕਿੱਤਾ ਹੀ ਹੋਣਾ ਤਾਂ ਹੀ ਉਹ ਕਲਾਸ ਦੇ ਵਿੱਚ ਇੱਥੇ ਬੈਠੇ ਹੋ ਚਲੋ ਜੀ ਅੱਗੇ ਕਰਦੇ ਆਂ ਫਿਰ ਤਾਂ ਕਲਾਸ ਦਾ ਆਪਣਾ ਪਹਿਲਾ ਕੁਸ਼ ਆਪਣੀ ਅੱਜ ਦੀ ਕਲਾਸ ਦਾ ਪਹਿਲਾ ਕੁਐਸਚਨ ਸਭ ਨੇ ਧਿਆਨ ਨਾਲ ਪੜ੍ਹਨਾ ਹੈ ਤੇ ਸਭ ਨੇ ਧਿਆਨ ਨਾਲ ਇਸ ਕੁਐਸਚਨ ਦਾ ਆਨਸਰ ਦੇਣਾ ਹੈ ਹਾਂਜੀ ਸਭ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਆ ਜਾਓ ਜੀ ਜਲਦੀ ਜਲਦੀ ਕਰ ਲਓ ਵਧੀਆ ਚੱਲ ਰਹੀ ਬਹੁਤ ਵਧੀਆ ਗੱਲ ਹੈ ਅਗਰ ਤੁਸੀਂ ਪੂਰੇ ਮਨ ਲਾ ਕੇ ਪੜ੍ਹਾਈ ਕਰ ਰਹੇ ਹੋ ਕਿਉਂਕਿ ਹੁਣ ਆਹੀ 30 35 ਦਿਨਾਂ ਓਕੇ ਇਹਨਾਂ ਚ ਪੜ੍ਹ ਲਓ ਜਲਦੀ ਜਲਦੀ ਤਾਂ ਦੇਖ ਲਓ ਕੁਸ਼ਨ ਕੀ ਕਹਿ ਰਿਹਾ ਡਲਟਨਜ਼ ਨੇਮ ਇਜ਼ ਅਸੋਸੀਏਟਿਡ ਵਿਦ ਆਫ ਦਾ ਫਾਲੋਇੰਗ ਟਰਮਸ ਕਹਿੰਦਾ ਜੋ ਡਲਟਨ ਹੈ ਡਲਟਨਿਕ ਸਾਇੰਟਿਸਟ ਦਾ ਨਾਮ ਹੈ ਆਪਣੇ ਕੋਲ ਡਲਟਨ ਕੀ ਹੈ ਆਪਣੇ ਕੋਲ ਇੱਕ ਸਾਇੰਟਿਸਟ ਦਾ ਨਾਮ ਹੈ ਤੇ ਕਹਿੰਦੇ ਇਹਨਾਂ ਚਾਰਾਂ ਦੇ ਵਿੱਚੋਂ ਕਿਹਦੇ ਨਾਲ ਅਸੋਸੀਏਟਿਡ ਹੈ ਮਤਲਬ ਉਹਨੇ ਡਲਟਨ ਇਹੋ ਜਿਹਾ ਕਿਸੇ ਇਹਨਾਂ ਵਿੱਚੋਂ ਕਿਸੇ ਦਾ ਕੁਝ ਨਾ ਕੁਝ ਕੀਤਾ ਹੋਣਾ ਤਾਂ ਦੱਸ ਦਿਓ ਜੀ ਦੱਸ ਦਿਓ ਜੀ ਆਨਸਰ ਕੀ ਹੋਏਗਾ ਅਨਸਰ ਨਹੀਂ ਆਇਆ ਹਲੇ ਤੱਕ ਵੇਟ ਕਰੀਏ ਮੈਂ ਤੁਹਾਡੇ ਅਨਸਰ ਦਾ ਤਾਂ ਲਓ ਜੀ ਅਨਸਰ ਆਨੇ ਸ਼ੁਰੂ ਹੋ ਗਏ ਪ੍ਰਦੀਪ ਸਿੰਘ ਦਾ ਪਹਿਲਾ ਅਨਸਰ ਆਇਆ ਐਟਮ ਫਿਰ ਇੰਗਲਿਸ਼ ਸਪੀਕਿੰਗ ਦਾ ਆਇਆ ਪ੍ਰੋਟੋਨ ਕਹਿੰਦੇ ਐਟਮ ਬਾਰੇ ਦੱਸਿਆ ਸੀ ਹੋਰ ਕੁਝ ਸੋਰੇਂਦਰ ਗੌਰ ਦਾ ਵੀ ਅਨਸਰ ਆ ਚੁੱਕਿਆ ਐਟਮ ਸਾਰੇ ਸੀ ਕਹਿ ਰਹੇ ਕੋਈ ਕਹਿ ਰਹੇ ਐਟਮ ਮਤਲਬ ਸਾਰਿਆਂ ਦਾ ਆਨਸਰ ਕੀ ਬਣ ਰਿਹਾ ਹੈ ਸੀ অপਸ਼ਨ ਮਤਲਬ ਕਿ ਐਟਮ ਤਾਂ ਬਿਲਕੁਲ ਸਹੀ ਹੈ ਜੀ ਡਾਲਟਨਸ ਨੇ ਐਟੋਮਿਕ ਥਿਉਰੀ ਦਿੱਤੀ ਸੀ ਡਾਲਟਨ ਨੇ ਕੀ ਦਿੱਤੀ ਸੀ ਐਟੋਮਿਕ ਥਿਉਰੀ ਐਟੋਮਿਕ ਥਿਉਰੀ ਦੇ ਵਿੱਚ ਕੀ ਸੀ ਜੀ ਇਹਨੇ ਸਾਰਾ ਕੁਝ ਐਟਮਸ ਦੇ ਬਾਰੇ ਦੱਸਿਆ ਸੀ ਕਿਦੇ ਬਾਰੇ ਦੱਸਿਆ ਸੀ ਐਟਮਸ ਦੇ ਬਾਰੇ ਦੱਸਿਆ ਸੀ ਇਹਨਾਂ ਦੇ ਵਿੱਚ ਇਹਨੇ ਇਹੀ ਦੱਸਿਆ ਸੀ ਕਿ ਆਪਣੇ ਕੋਲ ਜੋ ਐਟਮਸ ਹੁੰਦੇ ਨੇ ਇੱਕ ਇੱਕ ਐਲੀਮੈਂਟ ਦੇ ਵਿੱਚ ਸੇਮ ਟਾਈਪ ਆਫ ਐਲੀਮੈਂਟਸ ਹੁੰਦੇ ਨੇ ਉਹਨਾਂ ਸੇਮ ਸਾਈਜ਼ ਸੇਮ ਸ਼ੇਪ ਇਦਾਂ ਦਾ ਹੁੰਦਾ ਤੇ ਇਹ ਸਭ ਤੋਂ ਸਮਾਲੈਸਟ ਯੂਨਿਟ ਮੰਨਿਆ ਜਾਂਦਾ ਐਟਮ ਕੀ ਮੰਨਿਆ ਜਾਂਦਾ ਹੈ ਸਮਾਲੈਸਟ ਯੂਨਿਟ ਮੰਨਿਆ ਜਾਂਦਾ ਹੈ ਸਮਾਲੈਸਟ ਯੂਨਿਟ ਤੇ ਨਾਲ ਹੀ ਨਾਲ ਦੱਸਿਆ ਸੀ ਇੱਕ ਪਾਰਟਿਕੂਲਰ ਐਲੀਮੈਂਟ ਦੇ ਵਿੱਚ ਇੱਕ ਪਾਰਟਿਕੂਲਰ ਕੋਈ ਵੀ ਕੰਪਾਊਂਡ ਹੈ ਉਹਨਾਂ ਵਿੱਚ ਸੇਮ ਟਾਈਪ ਆਫ ਐਟਮਸ ਪਾਏ ਜਾਂਦੇ ਨੇ ਸੇਮ ਸਾਈਜ਼ ਦੇ ਸੇਮ ਸ਼ੇਪ ਦੇ ਇਦਾਂ ਦੀ ਗੱਲ ਸੀਗੀ ਜੀ ਤੇ ਇਹਦਾ ਆਨਸਰ ਕੀ ਹੋ ਗਿਆ ਐਟਮ ਹੋ ਗਿਆ ਇਹਦਾ ਆਨਸਰ ਕੀ ਹੋ ਗਿਆ ਐਟਮ ਆ ਦੇਖੋ ਜੀ ਡਾਲਟਨਸ ਦਾ ਮਾਡਲ ਸੀ ਐਟਮਸ ਆਰ ਦਾ স্মੋਲੇਸਟ ਡਿਵੀਜ਼ਨ ਆਫ ਦਾ ਮੈਟਰ ਮਤਲਬ ਕੋਈ ਵੀ ਚੀਜ਼ ਤੁਹਾਨੂੰ ਨਜ਼ਰ ਆ ਰਹੀ ਹੈ ਜਿਵੇਂ ਕਿ ਆ ਮੰਨ ਲਓ ਪੈਨ ਹੈ ਆ ਇਧਰ ਆ ਬੋਰਡ ਹੈ ਕੋਈ ਵੀ ਚੀਜ਼ ਨਜ਼ਰ ਆ ਰਹੀ ਉਹਨਾਂ ਸਾਰਿਆਂ ਨੂੰ ਆਪਾਂ ਕੀ ਕਹਿ ਦਿੰਨੇ ਮੈਟਰ ਦਾ ਨਾਮ ਦਿੰਨੇ ਆ ਤੇ ਸਾਰੇ ਮੈਟਲਸ ਐਟਮਸ ਦੇ ਨਾਲ ਹੀ ਮਿਲ ਕੇ ਬਨੇ ਨੇ ਤਾਂ ਉਹੀ ਗੱਲ ਇਹਨਾਂ ਨੇ ਲਿਖੀ ਹੈ ਐਟਮਸ ਆਰ ਦਾ স্মੋਲੇਸਟ ਡਿਵੀਜ਼ਨ ਆਫ ਦਾ ਮੈਟਰ ਦੇ ਕੈਨ ਨਾਟ ਬੀ ਡਿਵਾਈਡਡ ਮਤਲਬ ਇਹ ਸਭ ਤੋਂ স্মੋਲੇਸਟ ਆਹੀ ਹੈ ਇਹਨੂੰ ਡਿਵਾਈਡ ਕਰਕੇ ਹੋਰ ਕੁਝ ਨਹੀਂ ਬਣਾਇਆ ਜਾ ਸਕਦਾ ਤਾਂ ਪਹਿਲਾ ਕੁਐਸਚਨ ਸਭ ਨੂੰ ਕਲੀਅਰ ਹੈ ਜਾਂ ਫਿਰ ਨਹੀਂ ਇੱਕ ਵਾਰ ਦੱਸੋ ਸਭ ਨੂੰ ਪਹਿਲਾ ਕੁਐਸਚਨ ਕਲੀਅਰ ਹੈ ਜਾਂ ਨਹੀਂ ਕਲੀਅਰ ਹਾਂਜੀ ਸਭ ਸਹੀ ਕਹਿ ਰਹੇ ਆ ਐਟਮਸ 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 ਤੇ ਚਲੋ ਜੀ ਅਗਲਾ ਕੁਐਸਚਨ ਕਰਦੇ ਹਾਂ ਅਗਲਾ ਕੁਐਸਚਨ ਕਰਦੇ ਹਾਂ ਅਗਲਾ ਕੁਐਸਚਨ ਕੀ ਕਹਿ ਰਿਹਾ ਵਚ ਆਫ ਦਾ ਫੋਲੋਇੰਗ ਕੈਮੀਕਲਸ ਇਜ਼ ਆਲਸੋ ਨੋਨ ਐਸ ਚਾਈਨੀਸ ਸਨੋ ਕਹਿੰਦੇ ਇਹਨਾਂ ਚ ਕਿਹੜਾ ਇਹੋ ਜਿਹਾ ਕੈਮੀਕਲ ਹੈ ਜੀ ਨੂੰ ਚਾਈਨੀਸ ਸਨੋ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਇੱਕ ਗੱਲ ਇਹ ਵੀ ਸੁਣ ਲਓ ਜੇ ਦਾ ਇਹ ਜਿਹੜੇ ਕੁਐਸਚਨ ਹੈ ਨਾ ਇਸ ਟਾਈਪ ਦੇ ਕੁਐਸਚਨਸ ਵੀ ਐਗਜ਼ਾਮ ਵਿੱਚ ਕਾਫੀ ਆਉਂਦੇ ਨੇ ਕਿ ਕਾਮਨ ਨੇਮ ਵਾਲੇ ਕੀ ਮਤਲਬ ਕੋਈ ਵੀ ਤੁਹਾਨੂੰ ਆਹ ਕੰਪਾਊਂਡ ਜਾਂ ਫਿਰ ਕੋਈ ਮਿਕਸਚਰ ਕੋਈ ਸੋਲੂਸ਼ਨ ਕੁਝ ਵੀ ਦੇ ਦੇਣਗੇ ਤਾਂ ਉਹ ਪੁੱਛ ਲੈਣਗੇ ਇਹਦਾ ਕਾਮਨ ਨੇਮ ਕੀ ਹੈ ਮਤਲਬ ਨਾਰਮਲੀ ਨਾਰਮਲੀ ਲੋਕ ਇਹਨੂੰ ਕੀ ਕਹਿ ਕੇ ਬੁਲਾਉਂਦੇ ਆ ਕਿਉਂਕਿ ਗੱਲ ਇਹ ਹੁੰਦੀ ਹੈ ਨਾ ਇਹ ਕੈਮੀਕਲ ਨੇਮ కెਮਿਸਟਰੀ ਸਭ ਨੂੰ ਨਹੀਂ ਆਂਦੀ ਹੁੰਦੀ ਨਾ ਤਾਂ ਉਹਦੇ ਲਈ ਕਾਮਨ ਨੇਮ ਬਣਾਏ ਜਾਂਦੇ ਆ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਬੇਕਿੰਗ ਸੋਡਾ ਬੇਕਿੰਗ ਸੋਡਾ ਕੀ ਦੱਸਿਆ ਸੀ ਸੋਡੀਅਮ ਬਾਈਕਾਰਬੋਨੇਟ ਅਗਰ ਤੁਸੀਂ ਦੁਕਾਨ ਤੇ ਜਾ ਕੇ ਕਹੋਗੇ ਜੀ ਵੀਰੇ ਮੈਨੂੰ ਆਹ ਸੋਡੀਅਮ ਬਾਈਕਾਰਬੋਨੇਟ ਦੇਈਂ ਉਹਨੇ ਕੀ ਕਹਿੰਦੇ ਭਜਾ ਦੇਣਾ ਤੁਹਾਨੂੰ ਚੱਲ ਨਿੱਕਲ ਲੈ ਸਾਡੇ ਕੋਲ ਇਹੋ ਜਿਹਾ ਕੁਝ ਵੀ ਹੈ ਨਹੀਂ ਤੇ ਜੇ ਤੁਸੀਂ ਚੁੱਪ ਕਰਕੇ ਉਹਨੂੰ ਬੇਕਿੰਗ ਸੋਡਾ ਮੰਗ ਲਿਆ ਤਾਂ ਉਹ ਤੁਹਾਨੂੰ ਚੁੱਪ ਕਰਕੇ ਦੇ ਦੇਗਾ ਤਾਂ ਗੱਲ ਇਹ ਹੁੰਦੀ ਹੈ ਇਸ ਕਰਕੇ ਕਾਮਨ ਨੇਮ ਰੱਖੇ ਜਾਂਦੇ ਆ ਤਾਂ ਕਿ ਹਰ ਇੱਕ ਜਣਾ ਉਸ ਚੀਜ਼ ਨੂੰ ਉਸ ਨੇਮ ਨਾਲ ਬੁਲਾ ਸਕੇ ਨਾਰਮਲ भी, एक लेमैन भी ट्रांसफर आने शुरू हो गया नितिन कुमार कह रहे हैं बी ऑप्शन बाकी देख देखते बाकी की कह रहे हैं रमनदीप कौर कह रहे हैं पोटाशियम नाइट्रेट ओके निमरत भी कह रहे हैं पोटाशियम नाइट्रेट ਤਬਦਾ ਆਨਸਰ ਬੀ ਆ ਰਿਹਾ ਹੈ ਬੀ 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 ਮਤਲਬ ਪੋਟਾਸ਼ੀਅਮ ਨਾਈਟ੍ਰੇਟ ਤਾਂ ਇਟ ਮੀਨ ਸਹੀ ਹੀ ਹੋਏਗਾ ਕੀ ਹੋਏਗਾ ਤੁਹਾਡਾ ਆਨਸਰ ਸਹੀ ਹੋਏਗਾ ਤੇ ਇਹਦਾ ਆਨਸਰ ਸਹੀ ਹੈ ਪੋਟਾਸ਼ੀਅਮ ਨਾਈਟ੍ਰੇਟ ਪੋਟਾਸ਼ੀਅਮ ਨਾਈਟ੍ਰੇਟ ਨੂੰ ਹੀ ਕੀ ਕਿਹਾ ਜਾਂਦਾ ਹੈ ਚਾਈਨਿਸ ਨੂੰ ਕਿਹਾ ਜਾਂਦਾ ਹੈ ਪੋਟਾਸ਼ੀਅਮ ਨਾਈਟ੍ਰੇਟ ਬਿਲਕੁਲ ਵਾਈਟ ਕਲਰ ਦਾ ਪਾਊਡਰ ਟਾਈਪ ਦਾ ਹੁੰਦਾ ਹੈ ਤੇ ਇਸ ਸਨੋ ਵਾਂਗੂ ਦਿਖਦਾ ਹੈ ਇਸ ਕਰਕੇ ਇਹਨੂੰ ਪੋਟਾਸ਼ੀਅਮ ਚਾਈਨਿਸ ਸਨੋ ਦਾ ਨਾਮ ਦਿੱਤਾ ਨਾਥਿੰਗ ਐਲਸ ਇਹਦੇ ਵਿੱਚ ਹੋਰ ਕੁਝ ਵੀ ਗੱਲ ਨਹੀਂ ਹੈ इनी गल समझ आ गई पोटाशियम नाइट्रेट न ही एक मिनट पोटाशियम नाइट्रेट न ही जान्दा है चाइनीज स्नो चलो जी अगे देखते हैं आ देखो जी बिल्कुल वाइट कलर का क्रिस्टल लाइन पाउडर फॉर्म फॉर्मे को पाया जाता है पोटाशियम नाइट्रेट ओके चलो जी अगे देखते हैं अगला क्वेश्चन देखो की है ਵਿਚ ਆਫ ਦਾ ਫਾਲੋਇੰਗ ਮਿਨਰਲਸ ਕਹਿੰਦੇ ਆ ਤਿੰਨੋਂ ਕੀ ਨੇ ਮਿਨਰਲਸ ਨੇ ਤੇ ਦੇਖੋ ਵਿਚ ਆਫ ਦਾ ਫਾਲੋਇੰਗ ਮਿਨਰਲਸ ਕੰਟੇਨ ਮਰਕਰੀ ਕਹਿੰਦੇ ਇਹਨਾਂ ਤਿੰਨਾਂ ਚੋਂ ਕਿਹੜਾ ਮਿਨਰਲ ਇਦਾਂ ਦਾ ਹੈ ਜਿਹਦੇ ਵਿੱਚ ਕੀ ਹੁੰਦੀ ਹੈ ਮਰਕਰੀ ਹੁੰਦੀ ਹੈ ਕੀ ਕਹਿੰਦੇ ਨਿਊਜ਼ੀ ਅੱਪਾ ਕੀ ਕਹਿ ਰਹੇ ਮੈਮ ਪੀਪੀਐਸਸੀ ਅਸਿਸਟੈਂਟ ਐਂਡ ਜੂਨੀਅਰ ਆਡੀਟਰ ਦੇ ਪ੍ਰੀਵੀਅਸ ਈਅਰ ਪੇਪਰਸ ਕਹਾਂ ਸੇ ਮਿਲेंगे ਪਲੀਜ਼ ਹੈਲਪ ਕੋਈ ਗੱਲ ਨਹੀਂ ਜੀ ਅਬ ਤੁਹਾਨੂੰ ਦੱਸ ਦਾਂਗੇ ਤੋਂ ਨੂੰ ਕਰਾ ਦਾਂਗੇ ਟੈਨਸ਼ਨ ਨਾ ਲਾਓ ਅੰਗਰੇਜ਼ ਸਿੰਘ ਕਹਰੇ ਪੰਜਾਬੀ ਵੀ ਲੈ ਕੇ ਆਇਆ ਕਰੋ ਤੁਸੀਂ ਆਪ ਅੰਗਰੇਜ਼ ਮੰਗ ਤੁਸੀਂ ਪੰਜਾਬੀ ਰਹੇ ਹੋ ਕੀ ਗੱਲ ਹੋ ਗਈ ਤੁਹਾਨੂੰ ਇੱਕ ਗੱਲ ਫੇਰ ਪਹਿਲਾਂ ਵੀ ਦੱਸੀ ਸੀ ਕਿ ਜੋ ਪੀਪੀਐਸਸੀ ਦਾ ਐਗਜ਼ਾਮ ਹੁੰਦਾ ਹੈ ਮਤਲਬ ਪੀਪੀਐਸਸੀ ਕੋਈ ਵੀ ਐਗਜ਼ਾਮ ਕੰਡਕਟ ਕਰਵਾਉਂਦੀ ਹੈ ਤਾਂ ਉਹ ਆਪਣਾ ਪੇਪਰ ਸਿਰਫ ਔਰ ਸਿਰਫ ਇੰਗਲਿਸ਼ ਮੀਡੀਅਮ 'ਚ ਲੈਂਦੀ ਆ ਇੰਨੀ ਗੱਲ ਤਾਂ ਤੁਹਾਨੂੰ ਪਤਾ ਹੋਏਗੀ ਨਾ ਇਸ ਕਰਕੇ ਆਪਾਂ ਸਿਰਫ ਇੰਗਲਿਸ਼ ਲੰਨੇ ਇੰਗਲਿਸ਼ ਚ ਕਰਦੇ ਆਂ ਤਾਂ ਆਨਸਰ ਆ ਰਿਹਾ ਕੀ ਕਹਿ ਰਿਹਾ ਹਲ ਤੱਕ ਇੱਕ ਦਾ ਹੀ ਆਨਸਰ ਆਇਆ ਬੀ ਆਪਸ਼ਨ ਆਇਆ ਬਾਕੀ ਕਿੱਧਰ ਗਏ ਆਪਸ਼ਨ ਚਲੋ ਜੀ ਆਪਾਂ ਦੱਸ ਦਈਏ ਨੇ ਇਹਦਾ ਆਨਸਰ ਕੀ ਆਏਗਾ ਇਹਦਾ ਆਨਸਰ ਆਏਗਾ ਡੀ ਆਪਸ਼ਨ ਮਤਲਬ 1 2 ਐਂਡ 3 ਮਤਲਬ ਤਿੰਨੇ ਹੀ ਕਿ ਇਹਨਾਂ ਵਿੱਚ ਤਿੰਨਾਂ ਵਿੱਚ ਹੀ ਕੀ ਹੁੰਦਾ ਹੈ ਮਰਕਰੀ ਪਾਇਆ ਜਾਂਦਾ ਹੈ ਸਮਝ ਆ ਗਈ ਗੱਲ ਇਹਨਾਂ ਤਿੰਨਾਂ ਵਿੱਚ ਇਹ ਨਾਮ ਨਿਊ ਨੇ ਤੁਹਾਡੇ ਵਾਸਤੇ ਬਟ ਇੱਕ ਵਾਰੀ ਯਾਦ ਰੱਖ ਲਓ ਕਿ ਸਾਰੇ ਮਿਨਰਲਸ ਕਿਹੜੇ ਨੇ ਮਰਕਰੀ ਵਾਲੇ ਨੇ ਕਿਹੜੇ ਨੇ ਮਰਕਰੀ ਵਾਲੇ ਨੇ 1 2 3 ਤਿੰਨੋਂ ਆਣਗੇ ਜੀ ਡੀ অপਸ਼ਨ ਡੀ অপਸ਼ਨ ਸੀਨਾਬਾਰ ਕੋਡਿਰੋਇਟ ਜਾਂ ਫਿਰ ਲਿਵਿੰਗਸਟੋਨਾਈਟ ਕੋਡਿਰੋਇਟ ਲਿਵਿੰਗਸਟੋਨਾਈਟ ਸੀਨਾਬਾਰ ਇਹ ਵਿੱਚ ਤੋਂ ਤੁਸੀਂ ਦੇਖੋ ਸੀਨਾਬਾਰ ਤਾਂ ਤੁਹਾਨੂੰ ਹੀ ਹੋਣਾ ਨਾ ਸੀਨਾਬਾਰ ਮਰਕਰੀ ਦੀ ਔਰ ਹੁੰਦੀ ਹੈ ਤਾਂ ਤੁਸੀਂ ਪਹਿਲਾਂ ਵੀ ਤੁਹਾਨੂੰ ਤਕਰਾਰ ਰੱਖਿਆ ਬਟ ਆ ਕੋਰਡੇਰੋਇਟ ਤੇ ਲਿਵਿੰਗਸਟੋਨਾਈਟ ਤੁਸੀਂ ਨਹੀਂ ਸੁਣਿਆ ਹੋਣਾ ਚਲੋ ਜੀ ਹੁਣ ਇਹਨਾਂ ਦੀਆਂ ਸ਼ਕਲਾਂ ਦਿਖਾ ਦਿੰਨੇ ਹਾਂ ਤੁਹਾਨੂੰ ਤਿੰਨਾਂ ਦੀਆਂ ਸ਼ਕਲਾਂ ਵਿਖਾ ਦਿੰਨੇ ਆਂ ਸ਼ਕਲਾਂ ਦੇਖੋ ਜੀ ਆਹ ਤਾਂ ਹੈ ਆਪਣਾ ਸੀਨਾਬਾਰ ਕੀ ਹੈ ਸੀਨਾਬਾਰ ਮਰਕਰੀ ਦਾ ਔਰ ਹੁੰਦਾ ਹੈ ਆਹ ਹੈ ਜੀ ਕੋਰਡੇਰੋਇਟ ਕੀ ਹੈ ਕੋਰਡੇਰੋਇਟ ਤੇ ਅਗਲਾ ਕੀ ਹੈ ਇਹ ਹੈ ਲਿਵਿੰਗਸਟੋਨਾਈਟ ਲਿਵਿੰਗਸਟੋਨਾਈਟ दिख गए सारे तीनों सीनाबार द्वारा दिखा दें अपना देखो सीनावार कोडेराइट तो लिविंग स्टोनाइट पहला नंबर सीनाबार देखो कि सोना लग रहा सीनाबार अपने को उस आ कोडेराइट ते आ है अपने को लिविंग स्टोनाइट गल समझ आ गई ਕਹਿੰਦੇ ਮੈਮ ਜੀ ਵੀਡੀਓ ਐਗਜ਼ਾਮ ਕਿਹੜੀ ਦੇਖੋ ਬਾਕੀ ਜੋ ਟ੍ਰਿਪਲ ਐਸ ਵੀ ਕੰਡਕਟ ਕਰਵਾਉਂਦਾ ਹੈ ਉਹ ਇੰਗਲਿਸ਼ ਤੇ ਪੰਜਾਬੀ ਦੋਨੇ ਚ ਕਰਵਾਏਗਾ ਬਟ ਕੱਲਾ ਪੀਪੀਐਸਸੀ ਇੱਦਾਂ ਦਾ ਹੁੰਦਾ ਹੈ ਜੋ ਆਪਣਾ ਪੇਪਰ ਸਿਰਫ ਔਰ ਸਿਰਫ ਇੰਗਲਿਸ਼ ਦੇ ਵਿੱਚ ਕੰਡਕਟ ਕਰਵਾਉਂਦਾ ਹੈ ਹਾਂਜੀ ਕਹਿੰਦੇ ਆ ਹੁੰਦਾ ਹੈ ਮੈਮ ਪਹਿਲੀ ਵਾਰ ਦੇਖਿਆ ਓਕੇ ਰੀਅਲ ਛੇ ਤਾਂ ਮੈਂ ਵੀ ਹਿੰ ਦੇਖਿਆ ਫੋਟੋ ਵਿੱਚ ਹੀ ਦੇਖਿਆ ਸਾਰਿਆਂ ਫੋਟੋਆਂ ਵਿੱਚ ਦੇਖਿਆ ਹੋਣੀ ਆ ਚਲੋ ਜੀ ਆਹ ਦੇਖੋ ਜੀ ਇਹਦੇ ਬਾਰੇ ਦੱਸਤਾ ਹੂੰ ਸਿਨਾਬਾਰ ਕੀ ਇਹ ਮਰਕਰੀ ਸਲਫਾਈਡ ਦਾ ਮਿਨਰਲ ਹੁੰਦਾ ਮੈਂ ਇੱਥੇ ਆ ਵੀ ਲੈ ਕੇ ਆਈ ਆ ਤੁਹਾਡੇ ਵਾਸਤੇ ਜੋ ਸਿਨਾਬਾਰ ਹੁੰਦਾ ਹੈ ਉਹ ਕੀ ਹੁੰਦਾ ਹੈ ਮਰਕਰੀ ਸਲਫਾਈਡ ਮਿਨਰਲ ਹੁੰਦਾ ਹੈ ਤੇ ਕੋਆਡੈਰੋਇਡ ਕੀ ਹੁੰਦਾ ਹੈ ਮਰਕਰੀ ਸਲਫਾਈਡ ক্লোਰਾਈਡ ਮਤਲਬ ਮਰਕਰੀ ਸਲਫਾਈਡ ਤਾਂ ਹੈ ਨਾਲ ਦੇ ਨਾਲ ਕੀ ਆ ਜਾਂਦਾ ক্লোਰਾਈਡ ਵੀ ਆ ਜਾਂਦਾ ਤੇ ਇਹ ਕੀ ਹੈ ਵੈਰੀ ਰੇਅਰ ਮਤਲਬ ਬਹੁਤ ਹੀ ਮੁਸ਼ਕਿਲ ਨਾਲ ਪਾਇਆ ਜਾਂਦਾ ਮਸਾ ਮਸਾਈ ਤੁਹਾਨੂੰ ਦਿਖੇਗਾ ਓਕੇ ਉਸ ਤੋਂ ਬਾਅਦ लीविंगस्टोनाइट इज अ मरकरी एंटीमनी सल्फो सॉल्ट एवी की है मरकरी एंटीमनी सल्फो सॉल्ट मतलब तिन्नाचे मरकरी यूज ਹੋਏਗੀ ਹੀ ਹੋਏਗੀ ਗੱਲ ਸਮਝ ਆ ਗਈ ਚਲੋ ਜੀ ਗੱਲ ਸਮਝ ਅਗਰ ਤੁਹਾਨੂੰ ਆ ਚੁੱਕੀ ਹੈ ਤਾਂ ਫਿਰ ਆਪਾਂ ਅੱਗੇ ਕਰ ਲੈਨੇ ਆ ਅਗਲਾ ਕੁਐਸਚਨ ਕੁਐਸਚਨ ਧਿਆਨ ਦਵੋ ਕੁਐਸਚਨ ਵਧੀਆ ਹੈ ਥੋੜਾ ਲੰਬੀ ਹੈ ਬਟ ਇੰਪੋਰਟੈਂਟ ਬਣ ਸਕਦਾ ਹੈ ਇੰਪੋਰਟੈਂਟ ਬਣ ਸਕਦਾ ਹੈ which of the following is correct about photoelectric effect kende photoelectric effect bare ki di gal sahi hai ki keh rahe hain ma'am please previous year papers arrangement kara do kara dange ji kara dange koi gal nahi hm किस फोटो इलैक्ट्रिक इफेक्ट बारे करेक्ट स्टेटमेंट की है तो नंबर ऑफ इलेक्ट्रॉन्स इजेक्टेड इज ट्राइज द वेव नंबर रेडिएशन नंबर ऑफ इलेक्ट्रॉन्स इजेक्टेड इज प्रोपोर्शनल टू द इंटेंसिटी ऑफ लाइट या फिर नंबर ऑफ इलेक्ट्रॉन्स इजेक्टेड इज प्रोपोर्शनल टू द ड्यूरेशन मैंने पता तो समझ नहीं आनी पहले तुक्का मारना तो मार लो तीस तुक्का मारना है, मार लो फिर मैं तुम्हें तो समझा दूंगी मैं पता लग गया तुम तो समझ नहीं आने वाली ਕੀ ਕਹਿੰਦੇ ਮੈਮ ਇਸ देयर एनी ਬੈਚ ਸਟਾਰਟਿੰਗ ਫॉर ਪ੍ਰੇਪਰੇਸ਼ਨ ਆਫ 올 ਗਵਰਨਮੈਂਟ ਜੌਬਸ ਹਾਂਜੀ ਜੀ ਪੰਜਾਬ ਦਾ ਮਹਾਪੈਕ ਹੁੰਦਾ ਜਿਦੇ ਵਿੱਚ ਸਾਰੇ ਗਵਰਨਮੈਂਟ ਜੌਬਸ ਮਤਲਬ ਜਿੰਨੇ ਵੀ ਹੈਗੇ ਆਪਣੇ ਕੋਲ ਉਹਦੇ ਚ ਸਾਰੇ ਮਿਲਣਗੇ ਤੁਹਾਨੂੰ ਬੈਚਸ ਇਹਦਾ ਆਨਸਰ ਦੋ ਤੁੱਕੇ ਮਾਰ ਲਓ ਤੁੱਕੇ ਤਾਂ ਦੇਖੋ ਜੀ ਆਨਸਰ ਆਨੇ ਸ਼ੁਰੂ ਹੋ ਗਏ ਨਿਊਜ਼ ਹੀ ਕਹਿ ਰਿਹਾ ਬੀ ਰਮਨਦੀਪ ਏ ਪ੍ਰਦੀਪ ਏ ਨਿਤਿਨ ਏ ਮਿਊਜ਼ਿਕ ਸਟੇਸ਼ਨ ਈ ਲਓ ਜੀ ਈ ਆਪਸ਼ਨ 'ਚ ਨਹੀਂ ਹੈ ਫਿਰ ਵੀ ਤੁਸੀਂ ਈ ਆਨਸਰ ਕਰ ਰਹੇ ਹੋ ਬਹੁਤ ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਰਵਿਨਾ A ਸਰਬਜੀਤ B ਕਸ਼ਿਸ਼ ਕਸ਼ੇਪ ਹੈਲੋ ਜੀ ਹੈਲੋ ਚਲੋ ਜੀ ਬਸ ਕਰ ਦਿਓ ਜੀ 뮤직 ਸਟੇਸ਼ਨ ਸਾਨੂੰ ਪਤਾ ਲੱਗ ਗਿਆ ਈ ਆਪਸ਼ਨ ਆਏਗਾ ਕੋਈ ਗੱਲ ਨਹੀਂ ਦੇਖੋ ਤਾਂ ਦੇਖੋ ਜੀ आएगा बी ऑप्शन की आएगा बी ऑप्शन की है ना तो होंगे की, की है फोटो इलेक्ट्रिक इफेक्ट देखो जी हम ए टू जैड आने लग गए ऑप्शन हाँ जो तो ना पता हो तो कुछ भी बोल दा करो ये जिन्हों कुछ नहीं पता हों ਚਲੋ ਜੀ ਹੁਣ ਫੋਟੋ ਇਲੈਕਟ੍ਰਿਕ ਇਫੈਕਟ ਬਾਰੇ ਸਮਝਦੇ ਆ ਫੋਟੋ ਇਲੈਕਟ੍ਰਿਕ ਇਫੈਕਟ ਕੀ ਹੁੰਦਾ ਮੰਨ ਲਓ ਕੋਈ ਵੀ ਮੈਟਲ ਸਰਫੇਸ ਹੈ ਕੀ ਹੈ ਮੈਟਲ ਸਰਫੇਸ ਹੈ ਤੁਹਾਨੂੰ ਡਾਇਗਰਾਮ ਇੱਥੇ ਬਣਾ ਕੇ ਦਿਖਾ ਦੇਣ ਮੰਨ ਲਓ ਇਹ ਮੈਟਲ ਸਰਫੇਸ ਹੈ ਤਾਂ ਕੀ ਹੁੰਦਾ ਜਦੋਂ ਕਿਸੇ ਮੈਟਲ ਸਰਫੇਸ ਦੇ ਉੱਪਰ ਪੈਂਦੀ ਹੈ ਲਾਈਟ ਲਾਈਟ ਮਤਲਬ ਮੰਨ ਲਓ ਸਨਲਾਈਟ ਹੀ ਪੈ ਗਈ ਓਕੇ ਸਨਲਾਈਟ ਵਾਲੀ ਗੱਲ ਚੱਲ ਜੰਨੇ ਤਾਂ ਆਪਣੇ ਕੀ ਪੈ ਗਈ ਜੀ ਸਨਲਾਈਟ ਪੈਂਦੀ ਹੈ ਤਾਂ ਦੇਖੋ ਤੁਹਾਨੂੰ ਪਤਾ ਹੈ ਕਿ ਮੈਟਲਸ ਵਿੱਚ ਕੀ ਹੁੰਦੇ ਨੇ ਫ੍ਰੀ ਇਲੈਕਟ੍ਰੋਨਸ ਹੁੰਦੇ ਨੇ ਇੰਨੀ ਗੱਲ ਸਭ ਨੂੰ ਪਤਾ ਹੋਏਗੀ ਕਿ ਮੈਟਲਸ ਵਿੱਚ ਕੀ ਹੁੰਦੇ ਨੇ ਫ੍ਰੀ ਇਲੈਕਟ੍ਰੋਨਸ ਹੁੰਦੇ ਨੇ ਤੇ ਜਦੋਂ ਉਹਦੇ ਉੱਪਰ ਸਨਲਾਈਟ ਪੈਂਦੀ ਹੈ ਨਾ ਤੇ ਉਹ ਕੀ ਹੋ ਜਾਂਦੇ ਨੇ ਜੋ ਇਲੈਕਟ੍ਰੋਨਸ ਹੁੰਦੇ ਆ ਨਾ ਉਹ ਵਾਈਬ੍ਰੇਟ ਕਰਨਾ ਸ਼ੁਰੂ ਕਰ ਜਾਂਦੇ ਮਤਲਬ ਹਿਲਣੇ ਸ਼ੁਰੂ ਹੋ ਜਾਂਦੇ ਤੇ ਜਦੋਂ ਲਾਈਟ ਦੀ ਇੰਟੈਂਸਿਟੀ ਵਧੀ ਕੀ ਹੋਇਆ ਲਾਈਟ ਦੀ ਇੰਟੈਂਸਿਟੀ ਵਧੀ ਤਾਂ ਇਲੈਕਟ੍ਰੋਨ ਕੀ ਹੋ ਜਾਂਦੇ ਨੇ ਬਾਹਰ ਹੋ ਜਾਂਦੇ ਨੇ ਕੀ ਹੋ ਜਾਂਦੇ ਨੇ ਬਾਹਰ ਹੋ ਜਾਂਦੇ ਨੇ ਇਸੇ ਪ੍ਰੋਸੀਜਰ ਦਾ ਨਾਮ ਹੁੰਦਾ ਫੋਟੋ ਇਲੈਕਟ੍ਰਿਕ ਇਫੈਕਟ ਮਤਲਬ ਕਿਸੇ ਵੀ ਮੈਟਲ ਸਰਫੇਸ ਤੇ ਲਾਈਟ ਪਈ ਤਾਂ ਜਿਹੜੇ ਇਲੈਕਟ੍ਰੋਨਸ ਮੈਟਲ ਦੇ ਸਰਫੇਸ ਤੇ ਸੀ ਉਹ ਕੀ ਹੋ ਜਾਂਦੇ ਉਹ ਬਾਹਰ ਨਿਕਲ ਜਾਂਦੇ ਤਾਂ ਇਹਨੂੰ ਕਹਿੰਦੇ ਇਜੈਕਸ਼ਨ ਆਫ ਇਲੈਕਟ੍ਰੋਨਸ ਇਜੈਕਸ਼ਨ ਆਫ ਇਲੈਕਟ੍ਰੋਨਸ ਤਾਂ ਇਹ ਇਸ ਪ੍ਰੋਸੀਜਰ ਦਾ ਨਾਮ ਹੁੰਦਾ ਹੈ ਫੋਟੋ ਇਲੈਕਟ੍ਰਿਕ ਇਫੈਕਟ हूँ तो चगी तरह दिखाने लो जी आ मान लो आटल सरफेस है आ मान लो मैटल सरफेस है आ की ने अपने इलेक्ट्रॉन्स पे ने आ इलेक्ट्रॉन्स पे ने आ जी अपनी सनलाइट की पै रही है सनलाइट दे करके की हो जाएगा जेडी इलेक्ट्रॉन्स है इजैक्ट मतलब बहर निकल जाएंगे तजकशन ऑफ इलेक्ट्रॉनस फ्रॉम द मैटलिक सरफेस ओके ਮਤਲਬ ਇਜੈਕਸ਼ਨ ਆਫ ਦਾ ਇਲੈਕਟ੍ਰੋਨਸ ਫ্রম ਦਾ ਮੈਟੈਲਿਕ ਸਰਫੇਸ ਇਜ਼ ਨੋਨ ਐਸ ਫੋਟੋ ਇਲੈਕਟ੍ਰਿਕ ਇਫੈਕਟ ਓਕੇ ਹੁਣ ਸਮਝ ਆਇਆ ਕਿ ਇਹ ਕੀਤੇ ਤੇ ਡਿਪੈਂਡ ਕਰਦਾ ਹੈ ਇੰਟੈਂਸਿਟੀ ਆਫ ਲਾਈਟ ਤੇ ਹੀ ਡਿਪੈਂਡ ਕਰਦਾ ਹੈ ਪਹਿਲਾਂ ਮੈਨੂੰ ਇਹ ਦੱਸੋ ਇੱਥੋਂ ਤੱਕ ਸਭ ਨੂੰ ਗੱਲ ਕਲੀਅਰ ਹੈ ਜਾਂ ਨਹੀਂ ਆ ਕਿਸੇ ਨੂੰ ਕਿਸੇ ਵੀ ਤਰੀਕੇ ਦਾ ਡਾਊਟ ਹੈ ਤਾਂ ਦੱਸ ਦਿਓ ਮੈਨੂੰ ਹਲੇ ਹੀ ਫਿਰ ਆਪਾਂ ਕਲੀਅਰ ਕਰ ਲਾਂਗੇ ਕਹਿੰਦੇ ਪੀਡੀਐਫ ਕਰ ਦਿਆ ਕਰੋ ਕਰ ਦਾਂਗੇ ਜੀ ਕਰ ਦਾਂਗੇ ਟੈਨਸ਼ਨ ਨਾ ਲਓ ਸਾਰਾ ਕੁਝ ਕਰ ਦਾਂਗੇ ਚਲੋ ਜੀ ਸਭ ਨੂੰ ਸਮਝ ਆ ਗਿਆ ਕਹਿ ਰਹੇ ਨੈਕਸਟ ਕਰਾਓ ਨੈਕਸਟ ਕਰਾ ਦਿੰਨੇ ਟੈਨਸ਼ਨ ਘਾਹ ਨੂੰ ਲਈ ਹੈ ਤੁਸੀਂ ਚਲੋ ਜੀ ਵਟ ਡੂ ਵੀ ਕਾਲ ਦਾ ਰੀਐਕਸ਼ਨਸ ਇਨ ਵਿੱਚ देयर इज एन ਐਕਸਚੇਂਜ ਆਫ ਆਇਨਸ ਬੀਟਵੀਨ ਦਾ ਰੀਐਕਟੈਂਟਸ ਮਤਲਬ ਮੰਨ ਲਓ ਦੋ ਰੀਐਕਟੈਂਟਸ ਹੈ ਮੰਨ ਲਓ ਦੋ ਰੀਐਕਟੈਂਟਸ ਹੈ ਇਦੇ ਕੋਲ ਵੀ ਆਇਨ ਹੈ ਇਹਦੇ ਕੋਲ ਵੀ ਆਇਨ ਹੈ ਓਕੇ ਇਹ ਕੀ ਕਰ ਲੈਂਦੇ ਆਪਣੀ ਆਇਨਸ ਐਕਸਚੇਂਜ ਕਰ ਲੈਂਦੇ ਹੈ ਜਿਵੇਂ ਕੀ ਦੇਖੋ ਜੀ ਜਿਵੇਂ ਕੀ ਹੁੰਦਾ ਮੰਨ ਲਓ ਕੀ ਕਵਾਂ ਹੁਣ ਮੈਂ ਐਗਜ਼ਾਮਪਲ ਕਿਵੇਂ ਦਵਾ ਆਇਨਸ ਆ ਐਗਜ਼ਾਮਪਲ ਦੇ ਤੌਰ ਤੇ ਆਪਾਂ ਇਹ ਕਹਿ ਸਕਦੇ ਆ ਕਿ ਜਦੋਂ ਛੋਟੇ ਹੁੰਦੇ ਸੀ ਛੋਟੇ ਹੁੰਦੇ ਦੀ ਗੱਲ ਕਰਦੇ ਆਪਾਂ ਇਹ ਛੋਟੇ ਹੁੰਦੇ ਬਹੁਤ ਕਰਦੇ ਹੁੰਦੇ ਸੀ ਸਕੂਲ ਦੇ ਵਿੱਚ ਜਦੋਂ ਤੁਸੀਂ ਜਾਂਦੇ ਸੀ ਇਕੇ ਤੇ ਸਾਰਿਆਂ ਨੂੰ ਨਾ ਸ਼ੌਂਕ ਹੁੰਦਾ ਸੀ ਕਿ ਨਾ ਆਪ ਵਧੀਆ-ਵਧੀਆ ਸੋਹਣੇ-ਸੋਹਣੇ ਪੈਨ ਲੈ ਕੇ ਜਾਈਏ। ਇਦਾਂ ਦੀ ਗੱਲਾਂ ਹੁੰਦੀਆਂ ਸੀ ਨਾ ਕਿ ਤੁਸੀਂ ਸੋਹਣੇ-ਸੋਹਣੇ ਪੈਨ ਲੈ ਕੇ ਜਾਂਦੇ ਸੀ ਜਾ ਕੇ ਆਪਣੇ ਫਰੈਂਡ ਨੂੰ ਦਿਖਾਉਂਦੇ ਸੀ। ਆ ਦੇਖੋ ਦੇਖ ਮੈਂ ਨਵਾਂ ਪੈਨ ਲੈ ਕੇ ਆਇਆ। ਮੇਰਾ ਸੋਨਾ ਐਂ ਕਿ ਆ ਦੇਖ ਇਹ ਵਧੀਆ। ਇਦਾਂ ਦਾ ਕੰਮ ਜ਼ਰੂਰ ਕਰਦੇ ਸੀ ਤੁਸੀਂ। ਕਾਫਿਰ ਕੀ ਹੁੰਦਾ ਸੀ ਕਈ ਵਾਰ ਤੁਸੀਂ ਕੀ ਕਰ ਲੈਂਦੇ ਸੀ ਤੁਹਾਨੂੰ ਉਹਦਾ ਪੈਨ ਪਸੰਦ ਆ ਗਿਆ ਤੇ ਮੈਨੂੰ ਉਹਦਾ ਪੈਨ ਪਸੰਦ ਆ ਗਿਆ ਮੰਨ ਲਓ ਇਦਾਂ ਹੋ ਗਿਆ ਕਿ ਮੰਨ ਲਓ ਮੈਨੂੰ ਉਹਨਾਂ ਦਾ ਪਸੰਦ ਆ ਗਿਆ ਪੈਨ ਤੇ ਉਹਨਾਂ ਨੂੰ ਮੇਰਾ ਪੈਨ ਪਸੰਦ ਆ ਗਿਆ ਤਾਂ ਅਸੀਂ ਕੀ ਕਰ ਲੈਂਦੇ ਸੀ ਆਪਣੇ ਪੈਨ ਐਕਸਚੇਂਜ ਕਰ ਲੈਂਦੇ ਸੀ ਹੈਨਾ ਇਦਾਂ ਕਰਦੇ ਸੀ ਨਾ ਤਾਂ ਉਸੇ ਤਰ੍ਹਾਂ ਉਸੀ ਤਰ੍ਹਾਂ ਕੀ ਹੁੰਦਾ ਜਦੋਂ ਰਿਐਕਟੈਂਸ ਆਪਣੇ ਆਇਨਸ ਐਕਸਚੇਂਜ ਕਰ ਲੈਂਦੇ ਐ ਉਸ ਪ੍ਰੋਸੀਜਰ ਦਾ ਨਾਮ ਕੀ ਹੁੰਦਾ ਹੈ ਡਬਲ ਡਿਸਪਲੇਸਮੈਂਟ ਰਿਐਕਸ਼ਨ ਕਿਹੜੀ ਰਿਐਕਸ਼ਨ ਡਬਲ ਡਿਸਪਲੇਸਮੈਂਟ ਰਿਐਕਸ਼ਨ ਕਹਿੰਨੇ ਆ ਜੀ ਸਮਝ ਆ ਗਈ ਗੱਲ ਸਭ ਨੂੰ ਗੱਲ ਸਮਝ ਆਈ ਹੈ ਨਹੀਂ ਆਈ ਹਾਂਜੀ ਸਾਰੇ ਆਨਸਰ ਬਿਲਕੁਲ ਸਹੀ ਕਰ ਰਹੇ ਐ A ਆਪਸ਼ਨ A ਆਪਸ਼ਨ ਬਿਲਕੁਲ ਸਹੀ ਆ ਜੀ ਡਬਲ ਡਿਸਪਲੇਸਮੈਂਟ ਰਿਐਕਸ਼ਨ ਕਹਿੰਨੇ ਆਪਾਂ ਇਹਨੂੰ ਹਾਂਜੀ ਮੈਂ ਵੀ ਕਰਦੀ ਸੀ ਤਾਈਓ ਐਗਜ਼ਾਮਪਲ ਦਿੰਦੀ ਏ ਤੁਹਾਨੂੰ ਚਲੋ ਅੱਗੇ ਕਰਦੇ ਆ ਆਪਣਾ ਆਨਸਰ ਕੀ ਆ ਗਿਆ ਡਬਲ ਡਿਸਪਲੇਸਮੈਂਟ ਆ ਦੇਖੋ ਜੀ ਆ ਹੁੰਦਾ ਕੁਛ ਦੇਖੋ ਮੰਨ ਲਓ ਆ ਕੀ ਨੇ ਆ ਕੀ ਹੈ ਰਿਐਕਟੈਂਟ ਮੰਨ ਲਓ ਆ ਵੀ ਰਿਐਕਟੈਂਟ ਐ ਇਹਨੇ ਆ ਸਾਰੇ ਕੀ ਨੇ ਆਇਨਸ ਐ ਤਾਂ ਇਹਨੇ ਕੀ ਕੀਤਾ ਇਹਨੇ ਇਹਦਾ ਆਇਨ ਰੱਖ ਲਿਆ ਤੇ ਇਹਨੇ ਇਹਦਾ ਆਇਨ ਰੱਖ ਲਿਆ ਤੇ ਆਪਦੀ ਆਪਦੀ ਥਾਂ ਤੇ ਹੋ ਗਏ ਕੀ ਹੋ ਗਏ ਆਪਦੀ ਆਪਦੀ ਥਾਵਾਂ ਤੇ ਹੋ ਗਏ ਤਾਂ ਏਸੇ ਨੂੰ ਆਪਾਂ ਕਹਿੰਦੇ ਹੈ ਡਬਲ ਡਿਸਪਲੇਸਮੈਂਟ ਰਿਐਕਸ਼ਨ ਹੁਣ ਤਾਂ ਸਮਝ ਆਈ ਗਿਆ ਹੋ ਨਾ ਹੁਣ ਤਾਂ ਇੱਕ ਇੱਕ ਚੀਜ਼ ਕਲੀਅਰ ਹੋ ਗਈ ਹੋਣੀ ਚਲੋ ਅਗਰ ਕਲੀਅਰ ਹੋ ਗਈ ਹੈ ਤਾਂ ਅਗਲਾ ਕੁਐਸਚਨ ਕਰ ਲੈਣੇ ਆਪਾਂ ਅਗਲਾ ਕੁਐਸਚਨ ਮੈਂ ਤਾਈਓ ਥੋੜੇ ਵਿਜ਼ੂਅਲਸ ਲੈ ਕੇ ਆਣੀ ਹੈ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਜਾਏ ਓਕੇ ਕਿਉਂਕਿ ਫੋਟੋ ਪਹਿਲਾਂ ਆਪਾਂ ਕਰਦੇ ਸੀ ਕੁਐਸਚਨਸ ਕੱਲੇ आप टुटी फुटी डायग्राम बना देंगे फिर लैके आने लग गए पिक्चर फिर मैं सोच पिक्चर भी चंकी तरह क्लीयर नहीं होएगा आप लैके आने विजुअल वो बहुत चंकी तरह तो क्लीयर हो जाएगा तो चलो अभी अगला क्वेश्चन देखते हैं वेच ऑफ द फॉलोविंग वॉज इक्वल टू द एटॉमिक वेट ऑफ द मिडल एलीमेंट इन द डबरीनर ट्राइड मतलब सीधी साधी जी गल ये पूछी कि डबरीनर ट्राइड की होंगे है ਡਬਰੀਨਰ ਟ੍ਰਾਇਡ ਕੀ ਹੁੰਦਾ ਹੈ ਡੈਫੀਨੇਸ਼ਨ ਹੀ ਪੁੱਛੀ ਆ ਤੇ ਦੇਖੋ ਜੀ ਇਹ ਕੀ ਹੁੰਦਾ ਹੈ ਦੱਸੋ ਜੀ ਜਿਹਨੂੰ ਪਤਾ ਹੈ ਸੁਰਿੰਦਰ ਗੌਰ ਕਹਰੇ ਮੇਰੇ ਤੋਂ ਪੈਨ ਮੇਰੇ ਫਰੈਂਡਸ ਖੋਹ ਲੈਂਦੀਆਂ ਸੀ ਅੱਛਾ ਇਦਾਂ ਵੀ ਹੁੰਦਾ ਸੀ ਖੋਹ ਲੈਂਦੇ ਸੀ ਤੇ ਉਹ ਦੇਖੋ ਜੀ ਇਹ ਦੱਸਾ ਇਹ ਐਗਜ਼ਾਮਪਲ ਕਾਦੀ ਹੋਗੀ ਇਹ ਐਗਜ਼ਾਮਪਲ ਹੋ ਜਾਂਦੀ ਆਪਣੇ ਕੋਲ ਡਿਸਪਲੇਸਮੈਂਟ ਰਿਐਕਸ਼ਨ ਦੀ ਡਿਸਪਲੇਸਮੈਂਟ ਰਿਐਕਸ਼ਨ ਵੀ ਤੁਹਾਨੂੰ ਸਮਝਾਣੇ ਆ ਮੰਨ ਲਓ ਡਿਸਪਲੇਸਮੈਂਟ ਸਮਝਾਣੇ ਪਹਿਲਾਂ ਠੀਕ ਹੈ ਡਿਸਪਲੇਸਮੈਂਟ ਰਿਐਕਸ਼ਨ ਦੀ ਐਗਜ਼ਾਮਪਲ ਇਹ ਹੈ ਕਿ ਦੇਖੋ ਕੋਈ ਤੁਹਾਡੇ ਤੋਂ ਤਗੜਾ ਹੈ ਠੀਕ ਹੈ ਮੰਨ ਲਓ ਤੁਹਾਡੇ ਫਰੈਂਡਸ ਕੁਝ ਹੋਣਗੇ ਤੁਹਾਡੇ ਤਗੜੇ ਹੋਣਗੇ ਉਹ ਤੁਹਾਡਾ ਪੈਨ ਖੋ ਕੇ ਲੈ ਜਾਂਦੇ ਸੀ ਪਹਿਲਾਂ ਪੈਨ ਤੁਹਾਡੇ ਕੋਲ ਸੀ ਹੁਣ ਕੀ ਹੋ ਗਿਆ ਉਹਨੇ ਉਹ ਪਹਿਲਾਂ ਕੱਲਾ ਸੀ ਉਹਨੇ ਕੀ ਕੀਤਾ ਤੁਹਾਡਾ ਪੈਨ ਖੋ ਕੇ ਲੈ ਗਏ ਮਤਲਬ ਹੁਣ ਤੁਹਾਡੇ ਕੋਲ ਪੈਨ ਨਹੀਂ ਰਿਹਾ ਇਸੇ ਤਰ੍ਹਾਂ ਪਹਿਲਾਂ ਤੁਹਾਡੇ ਕੋਲ ਕੋਈ ਆਇਨ ਸੀ ਓਕੇ ਤੁਹਾਡੇ ਕੋਲ ਕੀ ਸੀ ਆਇਨ ਸੀ ਤਾਂ ਅਗਰ ਉਸ ਕੀ ਪਹਿਲਾਂ ਉਹ ਕੱਲਾ ਸੀ ਤਾਂ ਉਹਨੇ ਕੀ ਕੀਤਾ ਰिएक्टिव ਨੇ ਤੁਹਾਡਾ ਆਇਨ ਖੋ ਕੇ ਲੈ ਗਏ ਤਾਂ ਇਹਨੂੰ ਹੀ ਕਹਿੰਦੇ ਆਪਾਂ ਡਿਸਪਲੇਸਮੈਂਟ ਰਿਐਕਸ਼ਨ ਕੀ ਕਹਿੰਦੇ ਆ ਡਿਸਪਲੇਸਮੈਂਟ リアクション ਗੱਲ ਸਮਝ ਆ ਗਈ ਸਭ ਨੂੰ ਆ ਗਈ ਉਹਨੇ ਆਹ ਕੁਐਸਚਨ ਦੱਸ ਦੋ ਜੀ ਆਹ ਕੁਐਸਚਨ ਦੱਸ ਦੋ ਵਿਚ ਆਫ ਦਾ ਫੋਲੋਇੰਗ ਵਾਸ ਇਕੁਅਲ ਟੂ ਦਾ ਐਟੋਮਿਕ ਵੇਟ ਆਫ ਦਾ ਮੀਡਲ ਐਲੀਮੈਂਟ ਇਨ ਦਾ ਡਬਰੀਨਰ ਤਾਂ ਆਨਸਰ ਆ ਰਿਹਾ ਹੈ A ਆਪਸ਼ਨ ਕੋਈ ਕਹਿ ਰਿਹਾ ਹੈ D ਆਪਸ਼ਨ ਤੇ ਅਗਰ ਤੁਹਾਨੂੰ ਆਨਸਰ ਦੱਸ ਦਈਏ ਤੇ ਇਹਦਾ ਆਨਸਰ ਕੀ ਆਏਗਾ A ਅਰਥਮੈਟਿਕ ਮੀਨ ਆਫ ਦਾ ਐਟੋਮਿਕ ਵੇਟਸ ਆਫ ਦਾ ਅਦਰ ਟੂ ਐਲੀਮੈਂਟਸ ਐਕਚੁਅਲੀ ਇਹਦੇ ਚ ਕੀ ਹੁੰਦਾ ਡੋਬਰੀਨਰ ਦਾ ਸਭ ਤੋਂ ਪਹਿਲਾ ਪੀਰੀਆਡਿਕ ਟੇਬਲ ਬਣਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹਦਾ ਬਾਲਾ ਚੱਲ ਨਹੀਂ ਸਕਿਆ ਕਿਉਂ ਉਹਨੇ ਵਿਚਾਰੇ ਨੇ ਤਿੰਨ ਟ੍ਰਾਈਡ ਬਣਾਤੇ ਤੇ ਕਹਿੰਦਾ ਲਓ ਜੀ ਹੋ ਗਿਆ ਆਪਣਾ ਕੰਮ ਖਤਮ ਤਾਂ ਉਹਨੇ ਕੀ ਕੀਤਾ ਜੀ ਤਿੰਨ ਐਲੀਮੈਂਟਸ ਰੱਖੇ 1 2 3 ਤੇ ਉਹਨੇ ਕੀ ਕਿਹਾ ਜਿਹੜਾ आज ਜਿਹੜਾ ਸੈਕਿੰਡ ਐਟੋਮਿਕ ਇਹ ਸੈਕਿੰਡ ਵਾਲੇ ਐਲੀਮੈਂਟ ਦਾ ਐਟੋਮਿਕ weight ਹੋਏਗਾ ਉਹ ਇਹਨਾਂ ਦੇ ਬਰਾਬਰ ਦਾ ਮਤਲਬ ਇਹਨਾਂ ਦਾ ਕੀ ਹੋਏਗਾ ਮੀਨ ਦੇ ਬਰਾਬਰ ਹੋਏਗਾ ਇਹ ਮੀਨ ਮਤਲਬ ਐਵਰੇਜ ਦੇ ਬਰਾਬਰ ਹੋਏਗਾ ਇਹ ਹੀ ਕੀ ਸੀ ਆਪਣਾ ਡੋਬਰੀਨਰ ਟਰਾਇਡ ਕੀ ਸੀ ਡੋਬਰੀਨਰ ਟਰਾਇਡ ਤੇ ਇਹਨੂੰ ਕੀ ਲਿਖਾਂਗੇ ਅਰਥਮੈਟਿਕ ਮੀਨ ਦੇਖੋ ਜੀ ਮੰਨ ਲਓ ਇੱਥੇ ਲੀਥੀਅਮ ਹੈ ਸੋਡੀਅਮ ਹੈ ਪੋਟਾਸ਼ੀਅਮ ਤਾਂ ਕੀ ਹੋਏਗਾ ਜੀ ਇਹਨਾਂ ਦੋਵਾਂ ਨੂੰ ਅਗਰ ਪਲੱਸ ਕਰਾਂਗੇ ਤੇ ਵਟਾ 2 ਮਤਲਬ 6.9 39.1 2 ਕਰਾਂਗੇ ਤਾਂ ਕਲ ਕੁੱਲ ਮਿਲਾ ਕੇ ਆਪਣੇ ਕੋਲ ਕੀ ਆ ਜਾਏਗਾ 23 ਆ ਜਾਏਗਾ ਮਤਲਬ ਸੈਕਿੰਡ ਦਾ ਜੋ ਐਟੋਮਿਕ weight ਹੋਏਗਾ ਬਰਾਬਰ ਹੋਏਗਾ ਇਹਨਾਂ ਦੋਵਾਂ ਦੇ ਐਵਰੇਜ ਦੇ ਤੇ ਇਹੀ ਗੱਲ ਡੋਬਰੀਨਰ ਨੇ ਕਹੀ ਸੀ ਇੰਨੀ ਕੀ ਗੱਲ ਹੀ ਕਹੀ ਸੀ ਡੋਬਰੀਨਰ ਨੇ ਗੱਲ ਸਮਝ ਆ ਗਈ ਸਭ ਨੂੰ ਚਲੋ ਇਹ ਸਮਝ ਆ ਗਈ ਅਗਲਾ ਕੁਐਸਚਨ ਕਰ ਲੈਨੇ ਆ ਦੇਖੋ ਚੂਜ਼ ਦਾ கரੈਕਟ ਸਟੇਟਮੈਂਟ ਅਬਾਊਟ ਲਿਟਮਸ ਸੋਲੂਸ਼ਨ ਕਹਿੰਦੇ ਲਿਟਮਸ ਸੋਲੂਸ਼ਨ ਬਾਰੇ ਦੱਸ ਦੋ ਜੀ ਕਿੱਦਾਂ ਦਾ ਕਲਰ ਹੁੰਦਾ ਉਹਨੇ ਚਿਰ ਮੈਂ ਸਾਹ ਲੈ ਲਾ ਤੁਸੀਂ ਦੱਸੋ ਆਨਸਰ ਇਹਦਾ ਅਨਸਰ ਆਨੇ ਸ਼ੁਰੂ ਹੋ ਗਿਆ ਕਹਿ ਰਿਹਾ ਬੀ ਆਪਸ਼ਨ ਹੋਰ ਕੁਛ ਤਾਂ ਦੇਖੋ ਜੀ ਲੇਟਮਸ ਕੀ ਹੁੰਦਾ ਹੈ ਲੇਟਮਸ ਨਾ ਹੀ ਜਿਹੜੇ ਬੀ ਆਪਸ਼ਨ ਦੱਸ ਰਹੇ ਉਹਨਾਂ ਨੂੰ ਦੱਸ ਦੇਣੀ ਹੈ ਨਾ ਹੀ ਐਸਿਡਿਕ ਹੁੰਦਾ ਹੈ ਨਾ ਹੀ ਬੇਸਿਕ ਹੁੰਦਾ ਹੈ ਲੇਟਮਸ ਨਾਲ ਤਾਂ ਆਪ ਨੂੰ ਇਹ ਪਤਾ ਲੱਗਦਾ ਹੈ ਲਿਟਮਸ ਸੋਲੂਸ਼ਨ ਨਾਲ ਤਾਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਕਿ ਕੋਈ ਚੀਜ਼ ਐਸਿਡ ਹੈ ਜਾਂ ਫਿਰ ਬੇਸ ਹੈ ਅਗਰ ਉਹ ਹੀ ਐਸਿਡੀਕ ਜਾਂ ਫਿਰ ਬੇਸਿਕ ਹੋਏਗਾ ਤਾਂ ਦੂਜੇ ਵਾਰੇ ਕੀ ਦੱਸੇਗਾ ਤਾਂ ਲਿਟਮਸ ਸੋਲੂਸ਼ਨ ਕੀ ਹੁੰਦਾ ਹੈ ਨਿਊਟਰਲ ਹੁੰਦਾ ਹੈ ਸਭ ਤੋਂ ਪਹਿਲੀ ਗੱਲ ਲਿਟਮਸ ਸੋਲੂਸ਼ਨ ਕੀ ਹੋਏਗਾ ਨਿਊਟਰਲ ਸਭ ਤੋਂ ਪਹਿਲੀ ਗੱਲ ਤਾਂ ਇਹਦੇ ਵਿੱਚ ਸਹੀ ਕੰਮ ਕੀ ਹੈ ਜੀ ਇਟ ਇਜ਼ ਐਕਸਟ੍ਰੈਕਟਡ ਫਰਮ ਲੀਚਨ ਲੀਚਨ ਕੀ ਹੈ ਆਪਣੇ ਕੋਲ ਇੱਕ ਪਲਾਂਟ ਟਾਈਪ ਹੀ ਸਮਝ ਲਓ ਪਲਾਂਟ ਹੁੰਦਾ ਉਹਦੇ ਤੋਂ ਇਹਨੂੰ ਐਕਸਟ੍ਰੈਕਟ ਕੀਤਾ ਜਾਂਦਾ ਉਹਦੇ ਤੋਂ ਇਹਨੂੰ ਬਣਾਇਆ ਜਾਂਦਾ ਹੈ ਤਾਂ ਇੱਕ ਨੇ ਬਿਲਕੁਲ ਸਹੀ ਕਿਹਾ ਹੈ ਕਿ ਨੇ ਚਿਲड्रन ਚਿਲड्रन ਨੇ ਕਿਹਾ ਹੈ ਕਿ ਮੈਮ ਲਿਟਮਸ ਟਰਨ ਰੈਡ ਕਹਿੰਦੇ ਅਗਰ ਕੋਈ ਲਿਟਮਸ ਦੇ ਵਿੱਚ ਐਸਿਡ ਪਾਇਆ ਹੈ ਤਾਂ ਉਹ ਹੋ ਜਾਏਗਾ ਰੈਡ ਤੇ ਆਪਾਂ ਬੇਸ ਪਾਇਆ ਹੈ ਤੇ ਲਿਟਮਸ ਹੋ ਜਾਏਗਾ ਬਲੂ ਤਾਂ ਇਹ ਗੱਲ ਹੁੰਦੀ ਹੈ ਤਾਂ ਇਹਦਾ ਆਨਸਰ ਕੀ ਹੋ ਜਾਏਗਾ ਇਟ ਇਜ਼ ਐਕਸਟ੍ਰੈਕਟਡ ਫਰੋਮ ਲੀਚਨ ਤਾਂ ਦੇਖਦੇ ਆ ਜੀ ਲੇਟਮਸ ਦਿਖਦਾ ਕਿੱਦਾਂ ਦਾ ਆਪਣੇ ਕੋਲ ਇਹ ਹੁੰਦਾ ਹੈ ਜੀ ਪਰਪਲ ਕਲਰ ਦਾ ਕਿਹੜੇ ਕਲਰ ਦਾ ਪਰਪਲ ਇਹ ਹੈ ਜੀ ਦੇਖੋ ਪਰਪਲ ਕਲਰ ਦਾ ਲੇਟਮਸ ਅਗਰ ਐਸਿਡ ਚ ਪਾਇਆ ਤਾਂ ਆਹ ਸੋਲੂਸ਼ਨ ਹੋ ਜਾਏਗਾ ਰੈੱਡ ਤੇ ਆਹੀ ਜੇ ਆਪਾਂ ਬੇਸ ਚ ਪਾਇਆ ਤਾਂ ਆਹ ਹੋ ਜਾਏਗਾ ਬਲੂ ਰੈੱਡ ਤੇ ਬਲੂ ਕਲਰ ਆਉਂਦਾ ਹੈ ਜੀ ਦੋ ਤਰ੍ਹਾਂ ਦੇ ਉਹਦਾ ਆਪਦਾ ਰੰਗ ਪਰਪਲ ਹੁੰਦਾ ਹੈ ਪਰਪਲ ਗੱਲ ਯਾਦ ਰੱਖ ਲਿਓ ਸਮਝ ਆ ਗਈ ਸਭ ਨੂੰ ਲਟਮਸ ਪਰਪਲ ਕਲਰ ਦਾ ਐਸਿਡ ਦੇ ਵਿੱਚ ਰੈੱਡ ਤੇ ਬੇਸ ਦੇ ਵਿੱਚ ਬਲੂ ਤਾਂ ਹੁਣ ਤੁਹਾਨੂੰ ਦਿਖਾ ਦੇਣਾ ਲੀਚਨ ਅੱਛਾ ਪਹਿਲਾਂ ਸਮਝ ਲੈਣੇ ਆ ਕਹਿੰਦੇ ਦੇਖੋ ਲਟਮਸ ਸੋਲੂਸ਼ਨ ਕੀ ਹੁੰਦਾ ਪਰਪਲ ਪਹਿਲੀ ਗੱਲ ਅਗਲੀ ਗੱਲ ਕੀ ਕਹਿ ਰਿਹਾ ਇਟ ਇਜ਼ ਨੀਦਰ ਐਸਿਡਿਕ ਨੌਰ ਬੇਸਿਕ ਇ ਨੇਚਰ ਮਤਲਬ ਇਹ ਕੀ ਹੁੰਦੇ ਨੇ ਨਿਊਟਰਲ ਹੁੰਦੇ ਨੇ ਇਟ ਇਜ਼ ਨਿਊਟਰਲ ਅਗਲੀ ਗੱਲ ਇਟ ਇਜ਼ ਐਕਸਟracted ਫਰਮ ਲੀਚਨ ਅ ਪਲਾਂਟ ਲੀਚਨ ਕੀ ਹੈ ਇੱਕ ਤਰ੍ਹਾਂ ਦਾ ਪਲਾਂਟ ਹੈ ਬਿਲੋਂਗਿੰਗ ਟੂ ਦਾ ਡਿਵੀਜ਼ਨ ਆਫ ਥੈਲੋਫਾਈਟ ਥੈਲੋਫਾਈਟ ਥੈਲੋਫਾਈਟਾ ਡਿਵੀਜ਼ਨ ਦੇ ਵਿੱਚ ਆਉਂਦਾ ਹੈ ਤੇ ਇਹਨੂੰ ਕੀ ਇੰਡੀਕੇਟਰ ਦੇ ਤਰ੍ਹਾਂ ਯੂਜ਼ ਕੀਤਾ ਜਾਂਦਾ ਹੈ ਕਹਿੰਦੇ ਉਹ ਤਾਂ ਲਿਟਮਸ ਪੇਪਰ ਹੁੰਦਾ ਜੀ ਲਿਟਮਸ ਪੇਪਰ ਵੀ ਹੁੰਦਾ ਇੱਕ ਲਿਟਮਸ ਸੋਲੂਸ਼ਨ ਵੀ ਹੁੰਦਾ लिटमस पेपर देखो कितने के पेपर ਤੁਸੀਂ ਇਕੱਠੇ ਕਰੀ ਜਾਓਗੇ ਇੰਨੀ ਕੀ ਸਟ੍ਰਿਪ ਹੁੰਦੀ ਹੈ ਹੁੰਦਾ ਹੈ ਜੀ ਲਿਟਮਸ ਪੇਪਰ ਵੀ ਬਟ ਸੋਲੂਸ਼ਨ ਵੀ ਹੁੰਦਾ ਹੈ ਲੈਬੋਰੇਟਰੀ ਦੇ ਵਿੱਚ ਪੇਪਰ ਨਹੀਂ ਮਿਲੇਗਾ ਤੁਹਾਨੂੰ ਸੋਲੂਸ਼ਨ ਮਿਲੇਗਾ ਹਾਂ ਜੀ ਦੋਨੋਂ ਹੁੰਦੇ ਰਮਨਦੀਪ कौर ਬਿਲਕੁਲ ਸਹੀ ਹੈ ਦੋਵੇਂ ਹੁੰਦੇ ਆ ਤਾਂ ਦੇਖੋ ਜੀ ਆਪਣਾ ਲੀਚਨ ਪlant ਇਦਾਂ ਦਾ ਹੁੰਦਾ ਹੈ ਪlant ਦੇਖ ਲਓ ਲੀਚਨ ਹੈ ਇਹ ਇਹਦੇ ਵਿੱਚੋਂ ਲਿਟਮਸ ਸੋਲੂਸ਼ਨ ਬਣਾਇਆ ਜਾਂਦਾ ਇੱਥੋਂ ਹੀ ਐਕਸਟ੍ਰੈਕਟ ਕੀਤਾ ਜਾਂਦਾ ਹੈ ਸਮਝ ਆ ਗਈ ਕਿੰਨਾ ਚਲੋ ਮੰਨ ਲੈਨੇ ਮੰਨ ਨਹੀਂ ਪੈਣੀ ਜੀ ਨਹੀਂ ਮੰਨੋਂਗੇ ਕਿੱਥੇ ਜਾਓਗੇ ਫਿਰ ਮੰਨ ਨਹੀਂ ਪੈਣੀ ਤੁਹਾਨੂੰ ਅਗਲਾ ਕੁਐਸਚਨ ਕਰ ਲੈਨੇ ਆ ਵਿਚ ਆਫ ਦਾ ਫੋਲੋਇੰਗ ਇਜ਼ ਕੈਮੀਕਲ ਫਾਰਮੂਲਾ ਆਫ ਕਾਰਬੋਨਿਕ ਐਸਿਡ ਕਹਿੰਦੇ ਕਾਰਬੋਨਿਕ ਐਸਿਡ ਦਾ ਫਾਰਮੂਲਾ ਕੀ ਹੁੰਦਾ ਹੈ ਦੱਸੋ ਜਲਦੀ ਜਲਦੀ ਦੱਸੋ ਜਲਦੀ ਜਲਦੀ ਕੀ ਹੁੰਦਾ ਹੈ ਜਲਦੀ ਜਲਦੀ ਦੱਸੋ ਕਾਰਬੋਨਿਕ ਐਸਿਡ ਦਾ ਫਾਰਮੂਲਾ ਕੀ ਹੁੰਦਾ ਹੈ ਤੇ ਹਲੇ ਤੱਕ ਵੀ ਜਿਨ੍ਹਾਂ ਨੇ ਸੈਸ਼ਨ ਨੂੰ ਸ਼ੇਅਰ ਨਹੀਂ ਕੀਤਾ ਉਹ ਜਲਦੀ ਤੋਂ ਜਲਦੀ ਸ਼ੇਅਰ ਕਰ ਦਿਓ ਤੇ ਜਿਨ੍ਹਾਂ ਨੇ ਵੀ ਵੀਡੀਓ ਨੂੰ ਹਲੇ ਤੱਕ ਲਾਈਕ ਨਹੀਂ ਕੀਤਾ ਹੈ ਉਹ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਤਾਂ ਸੌਣੇ ਸ਼ੁਰੂ ਹੋ ਗਏ ਬਿਲਕੁਲ ਅਮਨਸੀ ਦਾ ਆ ਗਿਆ ਪ੍ਰਦੀਪ ਦਾ ਆ ਗਿਆ ਰਮਨ ਦਾ ਆ ਗਿਆ ਇੰਗਲਿਸ਼ ਸਪੀਕਿੰਗ ਦਾ ਆ ਗਿਆ ਅਮਨਦੀਪ ਗਿੱਲ ਦਾ ਆ ਗਿਆ ਰਾਹੁਲ ਦਾ ਆ ਗਿਆ ਨਿਤਿਨ ਦਾ ਆ ਗਿਆ ਸਾਰੇ ਆਨਸਰ ਕਰ ਰਹੇ ਨੇ ਬੀ ਆਪਸ਼ਨ ਬੀ ਆਪਸ਼ਨ ਬੀ ਆਪਸ਼ਨ ਤੇ ਬਿਲਕੁਲ ਸਹੀ ਹੈ ਜੀ ਕੀ ਆਏਗਾ H2CO3 H2CO3 ਇਹਨੂੰ ਕੀ ਕਿਹਾ ਜਾਂਦਾ ਹੈ ਕਾਰਬੋਨਿਕ ਐਸਿਡ ਹੁਣ ਇਹ ਕਾਰਬੋਨਿਕ ਐਸਿਡ ਦਾ ਯੂਜ਼ ਕਿੱਥੇ ਹੁੰਦਾ ਕਿਸੇ ਨੂੰ ਪਤਾ ਹੈ ਕਾਰਬੋਨਿਕ ਐਸਿਡ ਦਾ ਯੂਜ਼ ਕਿੱਥੇ ਹੁੰਦਾ ਤੁਸੀਂ ਇਹ ਡੇ ਟੂ ਡੇ ਲਾਈਫ ਦੇ ਵਿੱਚ ਤੁਸੀਂ ਦੇਖਿਆ ਹੋਣਾ ਚਲੋ ਜੀ ਤੁਹਾਨੂੰ ਦੱਸਦੇ ਨੇ ਕਾਰਬੋਨਿਕ ਐਸਿਡ ਯੂਜ਼ ਹੁੰਦੀ ਹੈ ਜੀ 에ਰੀਏਟਿਡ ਡਰਿੰਕਸ ਦੇ ਵਿੱਚ 에ਰੀਏਟਿਡ ਡਰਿੰਕਸ ਦੇ ਵਿੱਚ ਮਤਲਬ ਜੋ ਵੀ ਤੁਸੀਂ ਕੀ ਕਹਿੰਦੇ ਹੋ ਕੋਲਡ ਡਰਿੰਕਸ ਪੀਨੇ ਹੋ ਜਿੰਨੇ ਵੀ ਤੁਸੀਂ ਕੋਲਡ ਡਰਿੰਕ ਕੀ ਹੋ ਗਿਆ ਜੀ ਥੰਮਸ ਅਪ ਹੋ ਗਿਆ ਡਿਊ ਹੋ ਗਿਆ ਕੋਕਾ ਕੋਲਾ ਹੋ ਗਿਆ ਫੈਂਟਾ ਹੋ ਗਿਆ ਇਹਨੇ ਸਾਰੇ ਰੰਗ-ਬਰੰਗੇ ਆਪਣੇ ਕਲਰ ਦੇ ਵਿੱਚ ਆਪਣੇ ਕੋਲ ਕੀ ਆਉਂਦਾ ਹੈ ਡਰਿੰਕਸ ਆਉਂਦੇ ਨੇ ਆਪਣੇ ਕੋਲ ਜਿਨ੍ਹਾਂ ਨੂੰ ਆਪਾਂ ਕੋਲਡ ਡਰਿੰਕਸ ਕਹਿੰਦੇ ਆ ਤਾਂ ਉਹਦੇ ਵਿੱਚ ਤੁਹਾਨੂੰ ਪਤਾ ਹੈ ਕਿ ਇੱਕ ਆਪਣੇ ਕੋਲ ਐਸਿਡ ਪਾਇਆ ਜਾਂਦਾ ਕਿਹੜਾ ਕਾਰਬੋਨਿਕ ਐਸਿਡ ਪਾਇਆ ਜਾਂਦਾ ਹੈ ਤੇ ਉਹ ਬਾਅਦ ਦੇ ਵਿੱਚ ਕਿੰਦੇ ਵਿੱਚ ਕਨਵਰਟ ਹੋ ਜਾਂਦਾ ਕਾਰਬਨ ਡਾਈਆਕਸਾਈਡ ਦੇ ਵਿੱਚ ਕਨਵਰਟ ਹੋ ਜਾਂਦਾ ਤੇ ਤੁਸੀਂ ਦੇਖਿਆ ਹੋਣਾ ਨਾ ਕਿ ਜਦੋਂ ਬੰਦ ਪਈ ਹੁੰਦੀ ਬੋਟਲ ਉਹਦੇ ਚ ਬੁਲਬਲੇ ਜੇ ਨਿਕਲ ਰਹੇ ਹੁੰਦੇ ਆ ਕੀ ਹੋ ਰਿਹਾ ਹੁੰਦਾ ਬੁਲਬਲੇ ਜੇ ਨਿਕਲ ਰਹੇ ਹੁੰਦੇ ਐਕਚੁਅਲੀ ਉਹ ਐਸਿਡ ਕਰਕੇ ਤੇ ਕਾਰਬਨ ਡਾਈਆਕਸਾਈਡ ਗੈਸ ਕਰਕੇ ਨਿਕਲ ਰਹੇ ਹੁੰਦੇ ਤੇ ਜਿਵੇਂ ਤੁਸੀਂ ਖੋਲੀ ਬੋਟਲ ਜਿਵੇਂ ਤੁਸੀਂ ਖੋਲੀ ਤਾਂ ਉਹ ਥੋੜਾ ਕੀ ਕਹਿੰਦੇ ਗੈਸ ਹੈ ਬਾਹਰ ਨਿਕਲ ਜਾਂਦੀ ਹੈ ਕੀ ਨਿਕਲ ਜਾਂਦੀ ਹੈ ਗੈਸ ਬਾਹਰ ਨਿਕਲ ਜਾਂਦੀ ਹੈ ਉਹ ਕਿਹਦੇ ਕਰਕੇ ਹੁੰਦੀ ਹੈ ਜੀ ਕਾਰਬੋਨਿਕ ਐਸਿਡ ਕਰਕੇ ਹੁੰਦੀ ਹੈ ਤੇ ਨਾਲ ਕੀ ਹੁੰਦੀ ਹੈ ਜੀ ਕਾਰਬਨ ਡਾਈਆਕਸਾਈਡ ਕਰਕੇ ਹੁੰਦੀ ਹੈ ऐसे ਕਰਕੇ ਕਹਿੰਦੇ ਆ ਜੀ ਇਹਨੂੰ ਮਤਲਬ ਘੱਟ ਪੀਣਾ ਚਾਹੀਦਾ ਤੁਹਾਨੂੰ ਕਿਹਾ ਹੋਣਾ ਕਿਸੇ ਨਾ ਕਿਸੇ ਨੇ ਕਿ ਜਿਹੜੇ ਕੋਲਡ ਡਰਿੰਕਸ ਐ ਉਹਨਾਂ ਦਾ ਯੂਜ਼ ਘੱਟ ਕਰਿਆ ਕਰੋ ਕਿਉਂਕਿ ਇਹਦੇ ਵਿੱਚ ਕੀ ਹੁੰਦਾ ਐ ਐਸਿਡ ਹੁੰਦਾ ਐ ਐਸਿਡ ਬਾਅਦ ਵਿੱਚ ਖਰਾਬ ਹੀ ਕਰਦਾ ਹੈ ਓਕੇ ਤਾਂ ਦੇਖੋ ਜੀ ਅੱਗੇ ਤਾਂ ਦੇਖੋ ਜੀ ਇਦਾਂ ਦੇ ਬੁਲਬਲੇ ਜੇ ਨਿਕਲ ਰਹੇ ਹੁੰਦੇ ਆ ਤਾਂ ਤੁਸੀਂ ਦੇਖਿਆ ਹੋਣਾ ਜਿਨੇ ਨਹੀਂ ਵੀ ਦੇਖਿਆ ਅੱਜ ਕੋਲਡ ਡਰਿੰਕ ਲਿਆ ਕੇ ਦੇਖ ਲਿਓ ਆ ਦੇਖੋ ਜੀ ਆਹ ਕਾਰਬੋਨਿਕ ਐਸਿਡ ਤੇ ਕਾਰਬਨ ਡਾਈਆਕਸਾਈਡ ਗੈਸ ਕਰਕੇ ਹੁੰਦਾ ਹੈ ਹਾਂਜੀ ਲਓ ਜੀ ਰਮਨਦੀਪ कौर ਖੁਸ਼ ਹੋਗੇ ਕੋਲਡ ਡਰਿੰਕ ਨੂੰ ਵੇਖ ਕੇ ਕੋ ਕੇ ਕੋਲੇ ਨੂੰ ਵੇਖ ਕੇ ਹੈ ਨਾ ਕੋਈ ਗੱਲ ਨਹੀਂ ਮੈਨੂੰ ਪਤਾ ਹੈ ਮੈਂ ਰੋਜ਼ ਇਦਾਂ ਦਾ ਇੱਕ ਨਾ ਇੱਕ ਕੋਈ ਨਾ ਕੋਈ ਕੁਸ਼ਨ ਲੈ ਆਉਣੀ ਆ ਜਿਹਦੇ ਚ ਫੋਟੋਆਂ ਦਿਖਾ ਦਿੰਦੇ ਕੁਝ ਖਾਣ ਪੀਣ ਦੀ ਹੈ ਤੇ ਤੁਸੀਂ ਸਾਰੇ ਖੁਸ਼ ਹੋਏ ਨੇ ਕਈਆਂ ਦੇ ਮੂੰਹ ਚ ਪਾਣੀ ਆਨ ਲੱਗ ਜਾਂਦਾ ਕੱਲ ਮੰਗੋ ਦਿਖਾਏ ਸੀ ਇੱਕ ਦਿਨ ਆਪਾਂ ਵਾਈਨ ਦਿਖਾਤੀ ਸੀ ਰੈੱਡ ਵਾਈਨ ਉਦੋਂ ਸਾਰੇ ਮੁੰਡੇ ਖੁਸ਼ ਹੋ ਗਏ ਅੱਜ ਕੀ ਕਹਿੰਦੇ ਕੋਕਾ ਕੋਲਾ ਸੁਣ ਕੇ ਕੁੜੀਆਂ ਖੁਸ਼ ਹੋ ਗਈਆਂ ਚਲੋ ਜੀ ਵਧੀਆ ਗੱਲ ਹੈ ਖੁਸ਼ ਹੋ ਲਿਆ ਕਰੋ ਦੇਖ ਦੇ ਕੇ ਐਡੀ ਕਿ ਕਿੱਡੀ ਕੀ ਗੱਲ ਹੈ ਤਾਂ ਇਦਾਂ ਵੀ ਹੁੰਦਾ ਜੀ ਦੇਖੋ ਜੇ ਆਪਾਂ ਕੋਲ ਪਏ ਹੋਵੇ ਨਾ ਦਿਖ ਰਿਹਾ ਸਭ ਨੂੰ ਤਾਂ ਤੁਹਾਨੂੰ ਆਵਲਾ ਕੁਐਸਚਨ ਸਭ ਨੂੰ ਸਮਝ ਆ ਗਿਆ ਅਗਰ ਸਮਝ ਆ ਗਿਆ ਤਾਂ ਅੱਗੇ ਕਰ ਲੀ ਇੱਕ ਵਾਰ ਦੱਸ ਦੋ ਕਿ ਇੱਥੋਂ ਤੱਕ ਸਭ ਸਾਰਾ ਕੁਝ ਸਮਝ ਆ ਚੁੱਕਿਆ ਹੈ ਫੇਰ ਆਪਾਂ ਅਗਲੇ ਕੁਐਸਚਨ ਵੱਲ ਵਧਾਂਗੇ ਕੀ ਨੇ ਲੈ ਆਇਓ ਮੈਮ ਸਾਡੇ ਵੱਲ ਕੀ ਲੈ ਕੇ ਆਉਣਾ ਤੁਹਾਡੇ ਵਾਸਤੇ ਚਲੋ ਜੀ ਅਗਲਾ ਕੁਐਸਚਨ ਕਰਦੇ ਆ ਗੱਲਾਂ ਬਾਤਾਂ ਕੱਟ ਕਰਿਆ ਕਰੋ ਤੁਸੀਂ ਆ ਦੇਖੋ ਜੀ ਕਾਰਬੋਨਿਕ ਐਸਿਡ ਇਜ਼ ਅ ਕੈਮੀਕਲ ਕੰਪਾਊਂਡ ਕਹਿੰਦੇ ਕਾਰਬੋਨਿਕ ਐਸਿਡ ਕੀ ਇੱਕ ਕੈਮੀਕਲ ਕੰਪਾਊਂਡ ਹੈ ਜਿਹਦਾ ਫਾਰਮੂਲਾ ਕੀ ਹੁੰਦਾ H2CO3 ਕੀ ਹੁੰਦਾ ਹੈ H2CO3 ਤਾਂ ਦੇਖੋ ਇਟਸ ਫਾਉਂਡ ਇਟਸ ਯੂਜ਼ ਇਨ ਮੈਨੀ ਮੋਸਟ ਏਰੀਏਟਡ ਡਰਿੰਕਸ ਕਹਿੰਦੇ ਜੀ ਏਰੀਏਟਡ ਡਰਿੰਕਸ ਦੇ ਵਿੱਚ ਸੋਡਾ ਦੇ ਵਿੱਚ ਵੀ ਪੈਂਦਾ ਤੁਸੀਂ ਸੋਡਾ ਵੀ ਪੀਤਾ ਹੋ ਨਾ ਓਕੇ ਤੇ ਸੋਡਾ ਦੇ ਵਿੱਚ ਵੀ ਇਹ ਚੀਜ਼ ਪੈਂਦੀ ਹੈ ਅੱਗੇ ਕਰਦੇ ਹਾਂ ਅੱਗੇ ਕਰਦੇ ਹਾਂ ਤਾਂ ਲਓ ਜੀ ਵਿਚ ਪਾਰਟ ਆਫ ਦਾ ਹਿਊਮਨ ਬਾਡੀ ਸਟੋਰਸ ਗਲਾਈਕੋਜਨ ਕਹਿੰਦੇ ਇਹਨਾਂ ਵਿੱਚੋਂ ਕਿਹੜਾ ਪਾਰਟ ਹੈ ਹਿਊਮਨ ਬਾਡੀ ਦਾ ਜੋ ਕਿ ਗਲਾਈਕੋਜਨ ਸਿਕ੍ਰੀਟ ਕਰਦਾ ਹੈ ओके ਸਟੋਰ ਕਰਦਾ ਹੈ ਸਿਕ੍ਰੀਟ ਕਰਦਾ ਕੁਝ ਵੀ ਲੈ ਲਓ ਆਨਸਰ ਦੱਸੋ ਜੀ ਜਲਦੀ ਤੋਂ ਜਲਦੀ ਉਹਨੇ ਚਿਰ ਮੈਂ ਲੈ ਲਵਾਂ 1 ਮਿੰਟ ਸਾਂ ਤਾਂ ਆਨਸਰ ਆਨੇ ਸ਼ੁਰੂ ਹੋ ਗਏ ਆ ਕੈਰ ਕਰਮਨਦੀਪ ਦਾ ਆ ਗਿਆ ਲੀਵਰ ਮਾਨਸੀ ਲੀਵਰ ਅਮਨਦੀਪ ਕਹਿ ਰਿਹਾ স্মੋਲ ਇੰਟੈਸਟਾਈਨ ਜਸਵੀਰ ਸਿੰਘ ਕਹਿ ਰਿਹਾ ਏ ਤੇ ਇੰਗਲਿਸ਼ ਸਪੀਕਿੰਗ ਕਹਿ ਰਿਹਾ ਏ ਐਮ ਏ ਐਮ ਕੀ ਆਨ ਕੀ ਕਹਿ ਰਹੇ ਹੋ ਤੁਸੀਂ ਪ੍ਰਦੀਪ ਏ ਰਾਹੁਲ ਏ ਸਾਰੇ ਦਾ ਆਨਸਰ ਨਾਰਮਲੀ ਏ ਆ ਰਿਹਾ ਹੈ ਤਾਂ ਚਲੋ ਜੀ ਅਗਰ ਸਾਰੇ ਸਾਰੇ ਕਹਿ ਰਹੇ ਆ ਤਾਂ ਫਿਰ ਤੁਹਾਡਾ ਸਹੀ ਹੋਏਗਾ ਤੁਹਾਡੀ ਗੱਲਾਂ ਮੰਨ ਲੈਣੇ ਤੇ ਇਹਦਾ ਆਨਸਰ ਕੀ ਆਏਗਾ ਲੀਵਰ ਤਾਂ ਸਕਿਨ ਆਲਾ ਕੀੜਾ ਮੈਨੂੰ ਨਹੀਂ ਪਤਾ ਕਵਲਜੀਤ ਸੰਧੂ ਜੀ ਤੁਸੀਂ ਸਕਿਨ ਕਿਵੇਂ ਕਹਿ ਰਹੇ ਹੋ ਸਕਿਨ ਕਿਵੇਂ ਸਟੋਰ ਕਰ ਸਕਦਾ ਕੁਛ ਸਕਿਨ ਕੀ ਹੁੰਦੀ ਹੈ ਜੀ ਆਪਣੀ ਆਊਟਰ ਆਪਣੀ ਬੋਡੀ ਦੀ ਆਊਟਰ ਮੋਸਟ ਕਵਰਿੰਗ ਹੁੰਦੀ ਹੈ ਜੀ ਜਿਵੇਂ ਜੋ ਕਿਦੇ ਨਾਲ ਬਣੀ ਹੁੰਦੀ ਹੈ ਐਪੀਡਰਮਿਸ ਐਪੀਡਰਮਿਸ ਸੁਣਿਆ ਹੋਣਾ ਨਾ ਉਹਦੇ ਨਾਲ ਬਣੀ ਹੁੰਦੀ ਹੈ ਤਾਂ ਲੀਵਰ ਹੀ ਬਿਲਕੁਲ ਸਹੀ ਆਨਸਰ ਹੈ ਤੁਸੀਂ ਸਹੀ ਸੀ ਚਲੋ ਜੀ ਅਗਲਾ ਕੁਐਸਚਨ ਕਰਦੇ ਹਾਂ ਸਿੰਪਲ ਜਿਹਾ ਕੁਐਸਚਨ ਸੀ ਲਰਨਿੰਗ ਪੋਜੀਸ਼ਨ ਸੀ ਤਾਂ ਲੌਜੀਕ ਕੁਐਸਚਨ ਆ ਗਿਆ ਤੋਡੇ ਦਿਮਾਗ ਨਾਲ ਰਿਲੇਟਡ ਦੇਖਦੇ ਆਂ ਤੁਹਾਡਾ ਦਿਮਾਗ ਇਸ ਦਿਮਾਗ ਲਈ ਕਿੰਨਾ ਕਾ ਚੱਲਦਾ ਹੈ ਤਾਂ ਦੇਖੋ ਜੀ ਕੀ ਹੈ ਵਿਚ ਆਫ ਦਾ ਫੋਲੋਇੰਗ ਇਜ਼ ਦਾ ਰੋਲ ਆਫ ਪੂਨਸ ਕਹਿੰਦੇ ਪੂਨਸ ਦਾ ਕੰਮ ਕੀ ਹੁੰਦਾ ਹੈ ਪਹਿਲਾਂ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੂਨਸ ਕੀ ਦਾ ਪਾਰਟ ਹੈ ਚਲੋ ਮੈਂ ਬ੍ਰੇਨ ਦਾ ਨਾਮ ਲੈ ਲਿਆ ਫਿਰ ਤੁਹਾਨੂੰ ਚਲ ਅੱਧਿਆਂ ਨੂੰ ਪਤਾ ਲੱਗ ਗਿਆ ਹੋਣਾ ਮੈਂ ਗਲਤੀ ਕਰਤੀ ਨਹੀਂ ਦੱਸਣਾ ਸੀ ਪਹਿਲਾਂ ਬਟ ਕੋਈ ਗੱਲ ਨਹੀਂ ਤੇ ਤੁਹਾਨੂੰ ਦੱਸ ਦਿੱਤਾ ਗਿਆ ਹੈ ਕਿ ਜੋ ਪੂਨਸ ਹੁੰਦਾ ਆਪਣੇ ਹਿਊਮਨ ਬ੍ਰੇਨ ਦਾ ਇੱਕ ਪਾਰਟ ਹੁੰਦਾ ਓਕੇ

सारे करो जी सारे धानसर आ रहा है ए कोई कह रहा है डी कोई कह रहा है सेंसेशन ਨੂੰ ਦੱਸ ਦਿੰਨੇ ਆ ਜੀ ਇਹਦਾ ਆਨਸਰ ਕੀ ਆਏਗਾ ਡੀ ਆਪਸ਼ਨ ਡੀ ਦਿਖ ਰਿਹਾ ਨਾ ਤੁਹਾਨੂੰ ਹਾਂ ਦਿਖ ਰਿਹਾ ਤੁਹਾਨੂੰ ਡੀ ਆਪਸ਼ਨ ਆਏਗਾ ਮਤਲਬ 1 2 3 4 ਚਾਰੇ ਕੰਮ ਕੀ ਕੌਣ ਕਰਦਾ ਹੈ ਪونز ਕਰਦਾ ਹੈ ਮੋਟਰ ਫੰਕਸ਼ਨ ਹੋਗੇ ਸੈਂਸੇਸ਼ਨ ਹੋਗੇ ਆਈ ਮੂਵਮੈਂਟ ਹੋਗੀ ਹਿਅਰਿੰਗ ਹੋਗੀ ਟੇਸਟ ਦਾ ਕਿਵੇਂ ਪਤਾ ਲੱਗਦਾ ਸਾਰਿਆਂ ਦਾ ਪਤਾ ਲੱਗਦਾ ਹੈ ਪونز ਦੇ ਨਾਲ ਤੇ ਹਾਂ ਰਮਨਦੀਪ ਕੌਰ ਨੇ ਵੀ ਇੱਕ ਗੱਲ ਵਧੀਆ ਕਹੀਏ ਪونز ਕਨੈਕਟ ਬ੍ਰੇਨ ਟੂ ਦਾ ਸਪਾਈਨਲ ਕਾਰਡ ਬਿਲਕੁਲ ਸਹੀ ਹੈ ਜੀ ਕੀ ਕੀ ਕਰਦਾ ਆਪਣੀ ਸਪਾਈਨਲ ਕਾਰਡ ਨੂੰ ਨਾਲ ਕਨੈਕਟ ਹੁੰਦਾ ਹੈ ਕਹਿੰਦੇ ਜਿਆਦਾ ਹੈ ਜੀ ਕਨਫਿਊਜ਼ ਹੋਗੇ ਮੇਰੀ ਗੱਲ ਸੁਣ ਲਓ ਜੀ ਕਨਫਿਊਜ਼ਿੰਗ ਕੁਐਸਚਨਸ ਹੀ ਆਣਗੇ ਪਹਿਲਾਂ ਮੈਂ ਤੁਹਾਨੂੰ ਸਿੰਪਲ ਸਿੰਪਲ ਕਰਾਈ ਗਈ ਤੁਸੀਂ ਖੁਸ਼ੀ ਖੁਸ਼ੀ ਇਹਨੇ ਖੁਸ਼ੀ ਹੋ ਕੇ ਪੂਰਾ ਕਰਦੇ ਸੀ ਓਕੇ ਤੇ ਹੁਣ ਜੇ ਮੈਂ ਲੈਵਲ ਥੋੜਾ ਜਿਹਾ ਅਪ ਕਰਤਾ ਸਾਰੇ ਬੱਚੇ ਵੀ ਔਰ ਨਾ ਕੱਟ ਗਏ ਕਹਿੰਦੇ ਕਿ ਭਈ ਓਖਾ ਕਰਾਉਂਦੀ ਹੈ ਮੈਡਮ ਆਪਾਂ ਨਹੀਂ ਜਾਂਦੇ ਜਾਂਦੇ ਹੈਨਾ ਪਹਿਲਾਂ ਜਦੋਂ ਸੋਖਾ ਕਰਾਉਂਦੇ ਸੀ ਉਦੋਂ ਬਾਧੂ ਬੱਚੇ ਆਉਂਦੇ ਸੀ ਓਖਾ ਕਰਾਣ ਦੇ ਘਟ ਗਏ ਇਟ ਮੀਨਸ ਪੜਨ ਪੜਨ ਦੀ ਇੱਛਾ ਤੁਹਾਡੀ ਘੱਟ ਹੁੰਦੀ ਹੈ ਸਿੱਖਣ ਦੀ ਇੱਛਾ ਘੱਟ ਹੁੰਦੀ ਹੈ ਤਾਂ ਚਲੋ ਜੀ ਤੁਹਾਨੂੰ ਦੱਸ ਦਿੰਨੇ ਆ ਪੋਂਜ਼ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਇਹਦੀ ਪੋਜੀਸ਼ਨ ਕੀ ਪਹਿਲਾਂ ਤਾਂ ਦੇਖੋ ਬ੍ਰੇਨ ਹਿਊਮਨ ਬ੍ਰੇਨ ਠੀਕ ਹੈ ਸਭ ਤੋਂ ਪਹਿਲੀ ਗੱਲ ਆ ਜਿਹੜੀ ਆ ਚੀਜ਼ ਨਜ਼ਰ ਆ ਰਹੀ ਹੈ ਇੱਕ ਮਿੰਟ ਆ ਚੀਜ਼ ਨਜ਼ਰ ਆ ਰਹੀ ਹੈ ਸਾਰੀ ਜੋ ਵੀ ਨਜ਼ਰ ਆ ਰਹੀ ਹੈ ਇਹਨੂੰ ਨਾਮ ਦਿੱਤਾ ਜਾਂਦਾ ਹੈ ਸੈਰੇਬਰਮ ਦਾ ਕਾਦਾ ਨਾਮ ਦਿੱਤਾ ਜਾਂਦਾ ਹੈ ਸੈਰੇਬਰਮ ਦਾ ਅਦੇਖੋ ਸੈਰੇਬਰਮ ਦਾ ਕੰਮ ਕੀ ਹੁੰਦਾ ਹੈ ਮੇਨ ਥਿੰਕਿੰਗ ਪਾਰਟ ਮਤਲਬ ਆਪਾਂ ਕੁਝ ਵੀ ਸੋਚ ਰਹੇ ਆ ਆਪਾਂ ਕੁਝ ਵੀ ਰਿਮੈਂਬਰ ਕਰ ਰਹੇ ਆ ਆਪਾਂ ਕੁਝ ਵੀ ਯਾਦ ਕਰ ਰਹੇ ਆ ਲਰਨ ਕਰ ਰਹੇ ਆ ਤੇ ਇਹ ਸਾਰਾ ਯਾਦ ਹੋ ਕੇ ਸਾਰਾ ਕਿੱਥੇ ਸਟੋਰ ਹੋ ਰਿਹਾ ਆਪਣੇ ਸੈਰੇਬਰਮ ਦੇ ਵਿੱਚ ਹੁਣ ਤੁਸੀਂ ਇਹ ਕਲਾਸ ਦੇਖ ਰਹੇ ਹੋ ਆਪਾਂ ਇੰਨੀਆਂ ਗੱਲਾਂ ਸਿੱਖੀਆਂ ਤੇ ਮੇਰੇ ਹਿਸਾਬ ਨਾਲ ਦੇਖੋ ਮੇਰੇ ਹਿਸਾਬ ਨਾਲ ਸਾਰਿਆਂ ਨੇ ਕਈ ਚੀਜ਼ਾਂ ਯਾਦ ਵੀ ਰੱਖੀਆਂ ਹੋਣੀਆਂ ਤਾਂ ਆ ਚੀਜ਼ ਯਾਦ ਤੁਹਾਡੀ ਸਟੋਰ ਕਿੱਥੇ ਹੋਈ ਤੁਹਾਡੇ ਸੈਰੇਬਰਮ ਦੇ ਵਿੱਚ ਸਟੋਰ ਹੋਈ ਦੇਖੋ ਜੀ ਆ ਤੁਹਾਨੂੰ ਤਾਂ ਪਿਕਚਰ ਦਿਖਾਈ ਹੈ ਕਿ ਆ ਸਾਰਾ ਸੈਰੇਬਰਮ ਹੈ ਤੇ ਆ ਸਾਰੀਆਂ ਗੱਲਾਂ ਜੋ ਵੀ ਇਹਨੇ ਪੜੀਆਂ ਜਾਂ ਫਿਰ ਦੇਖੀਆਂ ਉਹ ਸਾਰਾ ਕੀ ਹੋ ਗਿਆ ਜੀ ਉਹਦੇ ਵਿੱਚ ਸਟੋਰ ਹੋ ਗਿਆ ਪਹਿਲੀ ਗੱਲ ਤਾਂ ਆ ਹੋ ਗਈ ਤਾਂ ਤੁਹਾਨੂੰ ਹੁਣ ਬ੍ਰੇਨ ਦਾ ਸਟਰਕਚਰ ਦਿਖਾਣੇ ਆ ਬ੍ਰੇਨ ਦਾ ਸਟਰਕਚਰ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਦੇਖੋ ਜੀ ਆ ਸਾਰਾ ਕੀ ਸੀ ਸੈਰੇਬਰਮ ਸੀ ਕੀ ਸੀ ਸੈਰੇਬਰਮ ਇੱਕ ਗੱਲ ਹੋਰ ਦੱਸ ਦਿੰਨੇ ਆ ਜੋ ਬ੍ਰੇਨ ਹੈ ਉਹ ਆਪਣੇ ਤਿੰਨ ਪਾਰਟਸ ਦੇ ਵਿੱਚ ਡਿਵਾਈਡਡ ਹੁੰਦਾ ਹੈ ਪਹਿਲਾ ਪਾਰਟ ਫੋਰ ਬ੍ਰੇਨ ਦੂਜਾ ਪਾਰਟ ਮਿਡ ਬ੍ਰੇਨ ਤੀਜਾ ਪਾਰਟ ਹਿੰਡ ਬ੍ਰੇਨ ਫੋਰ ਬ੍ਰੇਨ ਮਿਡ ਬ੍ਰੇਨ ਹਿੰਡ ਬ੍ਰੇਨ ਤੇ ਫੋਰ ਬ੍ਰੇਨ ਦੇ ਵਿੱਚ ਕੀ ਆ ਜਾਂਦਾ ਆਪਣਾ ਕੱਲਾ ਕੀ ਕਹਿੰਦੇ ਸੈਰੇਬਰਮ ਆ ਜਾਂਦਾ ਤੇ ਸੈਰੇਬਰਮ ਹੀ ਸਭ ਤੋਂ ਵੱਡਾ ਪਾਰਟ ਮੰਨਿਆ ਜਾਂਦਾ ਹੈ ਆਪਣੇ ਬ੍ਰੇਨ ਦਾ ਤੁਸੀਂ ਦੇਖ ਰਹੇ ਹੋ ਸਭ ਤੋਂ ਜ਼ਿਆਦਾ ਕਵਰ ਇਹਨੇ ਹੀ ਕੀਤਾ ਹੋਇਆ ਸੈਰੇਬਰਮ ਨੇ ਦੇਖੋ ਆ ਸੀ ਆ ਕੱਲਾ ਕੀ ਹੈ ਸਾਰੇ ਬ੍ਰह्म ਹੈ ਤੇ ਉਸ ਤੋਂ ਬਾਅਦ ਦੇਖੋ ਜੀ ਆ ਕੀ ਹੁੰਦਾ ਹੈ ਆਪਣੇ ਕੋਲ ਥੈਲੇਮਸ ਤੇ ਆ ਕੀ ਚੀਜ਼ ਹੁੰਦੀ ਹੈ ਹਾਈਪੋਥੈਲਮਸ ਤੇ ਮੇਨ ਮੇਨ ਚੀਜ਼ਾਂ ਦੱਸੂਗੀ ਤੁਹਾਨੂੰ ਆ ਹੋ ਗਿਆ ਜੀ ਆਪਣਾ ਪੂੰਸ ਇਹ ਕੀ ਹੋ ਗਿਆ ਆਪਣੇ ਕੋਲ ਮੈਡਿਊਲਾ ਤੇ ਆਪਣੇ ਕੋਲ ਕੀ ਹੋ ਗਿਆ ਸਪਾਈਨਲ ਕਾਰਡ ਤੇ ਸਪਾਈਨਲ ਕਾਰਡ ਵੀ ਗੱਲ ਯਾਦ ਰੱਖਣੀ ਹੈ ਤੇ ਆ ਚੀਜ਼ ਜੀ ਆ ਚੀਜ਼ ਕੀ ਹੈ ਆ ਚੀਜ਼ ਜੋ ਵੀ ਆ ਪੱਤੇ ਜੇ ਨਜ਼ਰ ਆਈਏ ਨੇ ਪੱਤੇ ਨਹੀਂ ਹੈਗੇ ਵੈਸੇ ਯਾਦ ਕਰਨ ਦਾ ਤਰੀਕਾ ਦੱਸ ਰਹੀ ਹਾਂ ਠੀਕ ਹੈ ਆ ਕੀ ਹੈ ਏ ਕੀ ਹੁੰਦਾ ਸੈਰੇ ਬੈਲਮ ਹੁੰਦਾ ਹੈ ਕੀ ਹੁੰਦਾ ਹੈ ਸੈਰੇ ਬੈਲਮ ਇੱਕ ਤੁਹਾਨੂੰ ਸੈਰੇ ਬੈਲਮ ਦਾ ਨਾ ਇੱਕ ਫੀਚਰ ਦੱਸਿਆ ਸੀ ਮੈਨੂੰ ਕੋਈ ਦੱਸ ਸਕਦਾ ਸੈਰੇ ਬੈਲਮ ਦਾ ਕੀ ਫੀਚਰ ਹੁੰਦਾ ਹੈ ਕੋਈ ਦੱਸੇਗਾ ਸੈਰੇ ਬੈਲਮ ਬਾਰੇ ਦੇਖਦੇ ਹਾਂ ਕੌਣ ਦੱਸਦਾ ਹੈ ਤੇ ਜਿਹੜੇ ਰੈਗੂਲਰ ਸਟੂਡੈਂਟ ਸੀ ਉਹਨਾਂ ਨੂੰ ਯਾਦ ਹੋਣਾ ਚਾਹੀਦਾ ਕਿ ਸੈਰੇ ਬੈਲਮ ਕੀ ਕਰਦਾ ਸੀ चलो जी किसी ने आंसर नहीं नेता ने। तो मतलब तो खड़ी हाँ तो मेरे मतलब मेरा जो इकुअली ब्रियम है बिल्कुल परफेक्ट है मतलब मैं प्रोपर अपने आप आपूंट्रोल करके खड़ी होके रह सकती है मतलब मैं अपना पोस्चर मेनटेन करके रख सकती हमारे ਤਾਂ ਉਸ ਚੀਜ਼ ਨੂੰ ਕਹਿੰਦੇ ਨੇ ਇਕਵਿਲੀਬ੍ਰੀਅਮ ਤਾਂ ਇਹ ਕੰਟਰੋਲ ਕੌਣ ਕਰ ਰਿਹਾ ਹੈ ਇਹ ਕੰਟਰੋਲ ਕਰ ਰਿਹਾ ਆਪਣਾ ਸੈਰੇਬੈਲਮ ਕੌਣ ਕਰ ਰਿਹਾ ਹੈ ਸੈਰੇਬੈਲਮ ਅਗਰ ਅਗਰ ਮੇਰਾ ਚੰਗੀ ਤਰ੍ਹਾਂ ਨਾ ਵਰਕ ਕਰ ਰਿਹਾ ਹੁੰਦਾ ਤਾਂ ਮੈਂ ਕਦੇ ਇੱਧਰ ਡਿੱਗ ਜਾਂਦੀ ਕਦੇ ਮੈਂ ਉੱਧਰ ਡਿੱਗ ਜਾਂਦੀ ਕਦੇ ਮੈਂ ਅੱਗੇ ਨੂੰ ਹੋ ਜਾਂਦੀ ਕਦੇ ਮੈਂ ਪਿੱਛੇ ਨੂੰ ਹੋ ਜਾਂਦੀ ਮਤਲਬ ਮੈਂ ਆਪਣਾ ਇਕੁਇਲਿਬਰੀਅਮ ਮੇਨਟੇਨ ਕਿਸ ਕਰਕੇ ਕਰ ਪਾ ਰਹੀ ਹਾਂ ਜਿਵੇਂ ਸਾਰੇ ਬੈਲੰਸ ਕਰਕੇ ਕਰ ਪਾ ਰਹੀਆਂ ਹਾਂ ਜੀ ਬੈਲੈਂਸ ਦੀ ਗੱਲ ਵੀ ਸਹੀ ਕੀਤੀ ਹੈ ਬੈਲੈਂਸ ਇਕੁਇਲਿਬਰੀਅਮ ਨੂੰ ਬੈਲੈਂਸ ਵੀ ਕਹਿ ਸਕਦੇ ਆ ਆਪਣਾ ਪੋਸਚਰ ਵੀ ਕਹਿ ਸਕਦੇ ਕੁਝ ਵੀ ਕਹਿ ਸਕਦੇ ਆ ਤੇ ਡਿੱਗੇ ਫਿਰਨ ਦਾ ਮਤਲਬ ਇਹ ਜਿਵੇਂ ਸ਼ਰਾਬੀ ਨਹੀਂ ਇੱਧਰ दारू ਪੀ ਕੇ ਕਦੇ ਇੱਧਰ ਡਿੱਗ ਪੇ ਕਦੇ ਸੜਕਾਂ ਤੇ ਰੁਲੀ ਫਿਰਦੇ ਆ ਉਹ ਉਹਨਾਂ ਦਾ ਨਾ ਕੁਝ ਸੈਰੇਵਲਮ ਤੇ ਫਰਕ ਪੈ ਜਾਂਦਾ ਉਹਨਾਂ ਕੰਟਰੋਲ ਕਰਨਾ ਹਟ ਜਾਂਦਾ ਇਸ ਕਰਕੇ ਉਹ ਇੱਧਰ ਉੱਧਰ ਡਿੱਗਦੇ ਫਿਰਦੇ ਆ ਉਹਨਾਂ ਦਾ ਦਿਮਾਗ ਕੰਮ ਨਹੀਂ ਕਰਦਾ ਆਪਾਂ ਕਹਿੰਨੇ ਆ ਨਾ ਕਿ ਨਾ ਦਿਮਾਗ ਹੁਣ ਕੰਮ ਨਹੀਂ ਕਰ ਰਿਹਾ ਤੋਂ ਇਸ ਕਰਕੇ ਨਹੀਂ ਕਰ ਰਿਹਾ ਹੁੰਦਾ ਚਲੋ ਜੀ ਅੱਗੇ ਕਰਦੇ ਆਪਾਂ ਹਾਂਜੀ ਬਰਾਬਰ ਬਰਾਬਰ चलो जी क्वेश्चन कर ले वाई डू द प्लान कलोजिज स्टोमेटा वैन इट डज नॉट नीड कार्बन डाइऑक्साइड फॉर फोटोसिंथसिज क अपना जो प्लांट होंगे है देखो जी प्लांट देखो प्लांट एक स्टोमेटा होंगे स्टोमेटा मतलब मान लो मैं मान लो एक लीफ है ਤੇ ਲੀਫ ਦੇ ਵਿੱਚ ਨੇ ਇੱਕ ਸਮਾਲ ਸਮਾਲ ਪੋਰਸ ਹੁੰਦੇ ਨੇ ਕੀ ਹੁੰਦੇ ਨੇ ਪੋਰਸ ਹੁੰਦੇ ਨੇ ਜਿਹਨੂੰ ਨਾਮ ਦਿੱਤਾ ਜਾਂਦਾ ਹੈ ਸਟੋਮੇਟਾ ਦਾ ਕੀ ਦਾ ਸਟੋਮੇਟਾ ਦਾ ਤਾਂ ਇਹ ਕੀ ਕੰਮ ਕਰਦਾ ਜੀ ਗੈਸੀਅਸ ਐਕਸਚੇਂਜ ਦੇ ਵਿੱਚ ਕੰਮ ਆਉਂਦਾ ਕੀ ਜਾਂਦਾ ਹੈ ਗੈਸੀਅਸ ਐਕਸਚੇਂਜ ਦੇ ਵਿੱਚ ਕੰਮ ਆਉਂਦਾ ਹੈ ਤੇ ਇੱਕ ਆਪਣੇ ਕੋਲ ਕੰਮ ਆਉਂਦਾ ਹੈ ਟ੍ਰਾਂਸਪੀਰੇਸ਼ਨ ਦੇ ਕੰਮ ਆਉਂਦਾ ਹੈ ਟ੍ਰਾਂਸਪੀਰੇਸ਼ਨ ਦੇ ਕੰਮ ਆਉਂਦਾ ਹੈ ਤਾਂ ਗੱਲ ਦੱਸੋ ਜੀ ਆਹ ਕੁਐਸਚਨ ਪੜੋ ਤੇ ਇਹਦਾ ਆਨਸਰ ਦੱਸੋ जी की हां जी तो फिर रमनदीप कौर ने बिल्कुल सही आंसर दिता है टू प्रिवेंट वाटर लॉस हम वाटर लॉस मैं तो लिखा ट्रांसपीरेशन इतने कह रहे वाटर लॉस ए है जी ट्रांसपिरेशन ਦਾ ਮਤਲਬ ਕੀ ਹੁੰਦਾ ਜੋ ਪlant ਹੈ ਜੋ ਐਕਸੈਸਿਵ ਵਾਟਰ ਹੈ ਉਹਨੂੰ ਕੀ ਕਰ ਦਿੰਦੇ ਬਾਹਰ ਨੂੰ ਛੱਡਦੇ ਜਾਂ ਫਿਰ ਲੂਸ ਕਰਦੇ ਨੇ ਕਿ ਦੀ ਹੈਲਪ ਨਾਲ ট্রান্সਪੀਰੇਸ਼ਨ ਦੀ ਹੈਲਪ ਨਾਲ ਤਾਂ ਫਿਰ ਇਹ ਕਹਿ ਰਿਹਾ ਕਿ ਪlant ਆਪਣਾ ਸਟੋਮੇਟਾ ਬੰਦ ਕਿਉਂ ਕਰ ਲੈਂਦਾ ਤਾਂ ਕਿ ਵਾਟਰ ਦਾ ਲਾਸ ਜ਼ਿਆਦਾ ਨਾ ਹੋ ਸਕੇ ਇਸ ਕਰਕੇ ਤਾਂ ਕਿ ਆਪਣੀ ট্রান্সਪੀਰੇਸ਼ਨ ਬਾਲੀ ਨਾ ਹੋ ਸਕੇ ਤਾਂ ਇਹ ਗੱਲ ਹੈ ਜੀ ਸਮਝ ਆ ਗਈ ਸਾਰਿਆਂ ਨੂੰ ਬਿਲਕੁਲ ਸਹੀ ਹੈ ਆ ਗਿਆ ਅੱਛਾ ਫੋਟੋਸਿੰਥਸਿਸ ਫੋਟੋਸਿੰਥਸਿਸ ਦੀ ਗੱਲ ਸਮਝਾ ਦੇਣੀ ਆ ਫੋਟੋਸਿੰਥਸਿਸ ਕੀ ਹੁੰਦਾ ਜਦੋਂ ਪਲਾਂਟਸ ਆਪਣਾ ਖੁਦ ਦਾ ਫੂਡ ਖੁਦ ਬਣਾਉਂਦੇ ਨੇ ਵਿਦ ਦਾ ਹੈਲਪ ਆਫ ক্লোਰੋਫਿਲ ਸਨਲਾਈਟ ਐਂਡ ਕਾਰਬਨ ਡਾਈਆਕਸਾਈਡ ਇਹਨਾਂ ਦੀ ਹੈਲਪ ਟਰਾਂਸਪੋਰਟੇਸ਼ਨ ਨਹੀਂ ਜੀ ਟਰਾਂਸਪੀਰੇਸ਼ਨ ਰਾਇਲ ਟਰਾਂਸਪੀਰੇਸ਼ਨ ਹੁੰਦਾ ਟਰਾਂਸਪੋਰਟੇਸ਼ਨ ਨਹੀਂ ਹੁੰਦਾ ਆਪਣੀ ਸਪੈਲਿੰਗ ਸਹੀ ਕਰੋ ਇੱਕ ਸਪੈਲਿੰਗ ਦੇ ਨਾਲ ਸਾਰੀ ਕਹਾਣੀ ਖਤਮ ਹੋ ਜਾਂਦੀ ਹੈ ਸਾਇੰਸ ਦੀ ਤਾਂ ਦੇਖੋ ਜੀ ਸਨਲਾਈਟ ਪੈਂਦੀ ਹੈ ਲੀਫ ਤੇ ਤੇ ਕੀ ਲੈਂਦਾ ਹੈ ਕਾਰਬਨ ਡਾਈਆਕਸਾਈਡ ਲੈਂਦਾ ਹੈ ਤੇ ਇਹਦੇ ਵਿੱਚ ਕੀ ਹੁੰਦਾ ਹੈ ক্লোਰੋਫਿਲ ਪlant ਦੇ ਵਿੱਚ ਕੀ ਪਾਇਆ ਜਾਂਦਾ ਹੈ ক্লোਰੋਫਿਲ ਪਾਇਆ ਜਾਂਦਾ ਹੈ ਤਾਂ ਜਦੋਂ ਪlant ਵਿਦ ਦਾ ਹੈਲਪ ਆਫ ਸਨਲਾਈਟ ਕਾਰਬਨ ਡਾਈਆਕਸਾਈਡ ਤੇ ক্লোਰੋਫਿਲ ਆਪਣਾ ਫੂਡ ਪ੍ਰੋਡਿਊਸ ਕਰਦਾ ਹੈ ਬਣਾਉਂਦਾ ਹੈ ਤਾਂ ਉਸ ਪ੍ਰੋਸੀਜਰ ਦਾ ਨਾਮ ਕੀ ਹੁੰਦਾ ਹੈ ਉਸ ਪ੍ਰੋਸੀਜਰ ਦਾ ਨਾਮ ਹੁੰਦਾ ਹੈ ਫੋਟੋ ਸਿੰਥਸਿਸ ਫੋਟੋ ਸਿੰਥਸਿਸ ਆ ਗੱਲ ਹੋ ਗਈ ਜੀ ਕਿਸੇ ਨੂੰ ਇੱਥੋਂ ਤੱਕ ਕੋਈ ਦਿੱਕਤ ਕਹਿੰਦੇ ਸੌਰੀ ਗਲਟ ਟਾਈਪ ਹੋ ਗਿਆ ਸੀ ਹਾਂਜੀ ਧਿਆਨ ਰੱਖਿਆ ਕਰੋ ਕਿਉਂਕਿ ਟਰਾਂਸਪੋਰਟੇਸ਼ਨ ਅਲੱਗ ਚੀਜ਼ ਹੈ ਕਿਸੇ ਚੀਜ਼ ਨੂੰ ਸਮਾਨ ਨੂੰ ਇੱਧਰ ਤੋਂ ਉੱਧਰ ਪਹੁੰਚਾਉਣਾ ਟਰਾਂਸਪੀਰੇਸ਼ਨ ਅਲੱਗ ਚੀਜ਼ ਹੈ ਮੈਂ ਤਾਂ ਕਰਕੇ ਇੱਕ ਵਾਰ ਤੁਹਾਨੂੰ ਦੱਸਤਾ ਚੈਲੋ ਜੀ ਸਥੈਥੋਸਕੋਪ ਵਰਕਸ ਔਨ ਵਿਚ ਪ੍ਰਿੰਸੀਪਲ ਕਹਿੰਦੇ ਸਥੈਥੋਸਕੋਪ ਹੁੰਦਾ ਹੈ ਉਹ ਕਿਹੜੇ ਪ੍ਰਿੰਸੀਪਲ ਤੇ ਵਰਕ ਕਰਦਾ ਹੈ ਕਹਿੰਦੇ ਸਾਈਡ ਹੋ ਜਾਓ ਥੋੜਾ ਲਓ ਜੀ ਸਾਈਡ ਹੋ ਗਏ ਕਿੰਨਾ ਸਾਈਡ ਵੀਡੀਓ ਤੋਂ ਬਾਹਰ ਹੋ ਜਾ ਦੇਖੋ ਜੀ ਸਟੈਥੋਸਕੋਪ ਹੈ ਉਹ ਕਿਸ ਪ੍ਰਿੰਸੀਪਲ ਤੇ ਵਰਕ ਕਰਦਾ ਹੈ ਸਟੈਥੋਸਕੋਪ ਪਤਾ ਹੋਵੇਗਾ ਜੋ ਡਾਕਟਰ ਆਪਣੇ ਹਮੇਸ਼ਾ ਗਲਚੇ ਲਈ ਰੱਖਦੇ ਹੁੰਦੇ ਆ ਕੁਝ ਵੀ ਜਿਵੇਂ ਕਿ ਚੈੱਕ ਜਦੋਂ ਵੀ ਤੁਸੀਂ ਚੈੱਕ ਕਰਾਣ ਜਾਂਦੇ ਹੋਵੋਗੇ Okay ਕਰਵਾਉਂਦੇ ਸੀ ਨਾ ਮਤਲਬ ਅਗਰ ਚੈੱਕਅਪ ਕਰਵਾਣਾ ਚਾਹੁੰਦੇ ਹੋ ਤਾਂ ਚੈੱਕ ਕਰਦੇ ਤੁਹਾਡੀ ਬੀਟਸ ਹੁੰਦੇ ਹਾਰਟ ਬੀਟਸ ਹੁੰਦੇ ਆ ਤਾਂ ਉਸ ਉਸ ਇਨਸਟਰੂਮੈਂਟ ਨੂੰ ਸਥੈਥੋਸਕੋਪ ਦੇ ਨਾਮ ਨਾਲ ਜਾਣਿਆ ਜਾਂਦਾ ਤਾਂ ਬਟ ਉਹ ਪੁੱਛ ਰਿਹਾ ਕਿਹੜੇ ਪ੍ਰਿੰਸੀਪਲ ਤੇ ਵਰਕ ਕਰਦਾ ਹੈ ਕਹਿੰਦੇ ਮੈਮ ਇਹ ਸਭ ਛੋਟੇ ਹੁੰਦੇ ਪੜਦੇ ਸੀ ਕਾਸ਼ ਕਿ ਪੜ ਲੈਂਦੇ ਹਾਂਜੀ ਗੱਲ ਇਹੀ ਹੈ ਨਾ ਪਹਿਲਾਂ ਪੜ ਲੈਂਦੇ ਤਾਂ ਹੁਣ ਪੜਨ ਦੀ ਲੋੜ ਨਹੀਂ ਪੈਂਦੀ ਹਾਂਜੀ ਆ 10th ਕਲਾਸ 'ਚ ਸੀਗਾ ਟੌਪਿਕ ਹਾਂਜੀ ਹਾਂਜੀ ਬਿਲਕੁਲ ਤਾਂ ਸਾਰੇ ਦੇ ਰਹੇ ਨੇ ਇਹ ਆਪਸ਼ਨ A ਆਪਸ਼ਨ A ਆਪਸ਼ਨ ਬਿਲਕੁਲ ਸਹੀ ਹੈ ਵੈਸੇ ਇਹ ਇੱਕ ਹੀ ਆਏਗਾ ਜੀ ਰਿਫਲੈਕਸ਼ਨ ਆਫ ਸਾਊਂਡ ਇਹ ਕੀ ਹੁੰਦੀ ਹੈ ਮਲਟੀਪਲ ਰਿਫਲੈਕਸ਼ਨਸ ਹੁੰਦੀਆਂ ਨੇ ਕੀ ਹੁੰਦੀ ਹੈ ਮਲਟੀਪਲ ਰਿਫਲੈਕਸ਼ਨ ਹੁੰਦੀ ਹੈ ਮੰਨ ਲਓ ਆ ਵਾਇਰ ਹੈ ਹੈਨਾ ਇੱਥੋਂ ਸਾਊਂਡ ਸੁਣੀ ਇੱਥੇ ਟਕਰਾਈ ਫਿਰ ਇਧਰ ਰਿਫਲੈਕਟ ਹੋਈ ਫਿਰ ਇਧਰ ਰਿਫਲੈਕਟ ਐਵੇਂ ਕਰਦੀ 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 ਉਹ ਡਾਕਟਰ ਦੇ ਕੰਨਾਂ ਤੱਕ ਪਹੁੰਚ ਜਾਂਦੀ ਆਵਾਜ਼ ਇਸੇ ਨੂੰ ਹੀ ਇਹ ਪ੍ਰਿੰਸੀਪਲ ਨੂੰ ਕਹਿੰਦੇ ਹਨ ਆਪਾਂ ਕੀ ਕਹਿੰਦੇ ਆਪਾਂ ਮਲਟੀਪਲ ਰਿਫਲੈਕਸ਼ਨ ਕਹਿੰਦੇ ਮੈਂ ਪੜਾਉਣਾ ਟਿਊਸ਼ਨ 10th ਕਲਾਸ ਨੂੰ ਆਹੀ ਸੀ ਬਹੁਤ ਵਧੀਆ ਗੱਲ ਹੈ ਜੀ ਫਿਰ ਤੁਹਾਡੇ ਚੀਜ਼ਾਂ ਬਹੁਤ ਕਲੀਅਰ ਹੋਣਗੀਆਂ ਬਹੁਤ ਚੰਗੀ ਤਰ੍ਹਾਂ ਤੁਸੀਂ ਜਾਣਦੇ ਹੋਵੋਗੇ ਸਾਰਾ ਕੁਝ ਵਧੀਆ ਗੱਲ ਹੈ ਜੀ ਵਧੀਆ ਗੱਲ ਹੈ ਵੈਸੇ ਅੱਜ ਜਿਹੜਾ ਪੜ੍ਹਾਉਣ ਵਾਲਾ ਕੰਮ ਹੈ ਨਾ ਤੁਸੀਂ ਬਹੁਤ ਵਧੀਆ ਕਰਦੇ ਹੋ ਕਿਉਂਕਿ ਕਿਸੇ ਟਾਈਮ ਤੇ ਮੈਂ ਵੀ ਐਵੇਂ ਹੀ ਸ਼ੁਰੂ ਕੀਤਾ ਸੀ ਪੜਾਉਣਾ ਮੈਂ 10th ਕਲਾਸ ਨੂੰ ਪੜਾਉਣਾ ਸ਼ੁਰੂ ਕੀਤਾ ਸੀ ਅੱਜ ਕੰਪੀਟੀਸ਼ਨ ਦੇ ਵਿੱਚ ਵੀ ਆਪਾਂ ਪੜਾ ਰਹੇ ਆ ਤਾਂ ਮਤਲਬ ਇਹ ਇਹਦੇ ਨਾਲ ਐਕਸਪੀਰੀਅੰਸ ਬਣਦਾ ਰਹਿੰਦਾ ਹੈ ਤੇ ਇਹਦੇ ਨਾਲ ਨੌਲੇਜ ਤੁਹਾਡੀ ਮਤਲਬ ਡਬਲ ਟ੍ਰਿਪਲ ਮਤਲਬ 4 ਟਾਈਮਸ ਵੀ ਹੋ ਜਾਂਦੀ ਹੈ ਓਕੇ ਜੀ ਤਾਂ ਇਸ ਇਹ ਨੌਲੇਜ ਨੂੰ ਬਹੁਤ ਇਨਕਰੀਸ ਕਰਦੀ ਹੈ ਤੇ ਇਹ ਚੀਜ਼ ਨੂੰ ਕੰਟੀਨਿਊ ਰੱਖਿਓ ਅੱਗੇ ਦੇਖੋ ਆਹ ਦੇਖੋ ਤੁਹਾਡੇ ਵਾਸਤੇ ਕਾਰਟੂਨ ਲੈ ਆਏ ਮੈਂ ਦੇਖਾਂ ਦਿਖਾਉਣ ਵਾਸਤੇ ਡਾਕਟਰ ਲਈ ਰੱਖਦੇ ਆ ਤੇ ਧੜਕਣ ਜੀ ਸੁਣੀ ਜਾਂਦੇ ਆ ਹਾਰਟਬੀਟ ਸੁਣਦੇ ਆ ਓਕੇ ਜੀ ਹਾਂਜੀ ਪ੍ਰਦੀਪ ਸਿੰਘ ਜੀ ਜੋ ਡਾਕਟਰ ਗੱਲ ਵਿੱਚ ਪਾ ਕੇ ਰੱਖਦੇ ਆ ਗੱਲ ਸਮਝ ਆ ਗਈ ਸਾਰਿਆਂ ਨੂੰ ਇਹ ਵਾਲੀ ਅਗਲਾ ਕੁਸ਼ਨ ਕਰ ਲਈਏ ਦੇਖੋ ਜੀ ਵਿਚ ਅਮੰਗ ਦਾ ਫੋਲੋਇੰਗ ਪਲੇ ਰੋਲ ਇਨ ਦਾ ਫਾਰਮੇਸ਼ਨ ਆਫ ਰੇਨਬੋ ਕਹਿੰਦੇ ਜਦੋਂ ਰੇਨਬੋ ਦੀ ਫਾਰਮੇਸ਼ਨ ਹੁੰਦੀ ਆ ਤੇ ਇਹਨਾਂ ਵਿੱਚੋਂ ਕਿਹੜਾ ਕਹਿੰਦੇ ਇਹਨਾਂ ਵਿੱਚੋਂ ਕਿਹੜਾ ਫੀਨੋਮੀਨਾ ਯੂਜ਼ ਹੁੰਦਾ ਹੈ ਤਾਂ ਦੱਸੋ ਜੀ ਕਿਹੜਾ ਯੂਜ਼ ਹੁੰਦਾ ਹੈ ਚਿਲड्रन ਜੀ ਤੁਸੀਂ ਕਿਉਂ ਇੰਗਲਿਸ਼ ਦੇ ਪਿੱਛੇ ਪਾਇਓ ਕੀ ਗੱਲ ਹੋ ਗਈ ਇੰਗਲਿਸ਼ ਨੂੰ ਤੁਹਾਨੂੰ ਸਾਈਂ ਸਮਝ ਨਹੀਂ ਆ ਰਹੀ ਮੇਰੀ ਜੋ ਤੁਸੀਂ ਇੰਗਲਿਸ਼ ਪੜ੍ਹਨਾ ਚਾਹੁੰਦੇ ਹੋ ਤਾਂ ਦੱਸੋ ਜੀ ਆਨਸਰ ਕੀ ਆਏਗਾ

ਦੇ ਨਾਲ ਹੀ ਨਾਲ ਇਹਦੇ ਵਿੱਚ ਵੀ ਤਾਂ ਰੀਫ੍ਰੈਕਸ਼ਨ ਹੋ ਹੀ ਰਹੀ ਆ ਰੀਫ੍ਰੈਕਸ਼ਨ ਹੀ ਤਾਂ ਇਹ ਦੇਖੋ ਆ ਕੋਈ ਦੂਸਰਾ ਮਟੀਰੀਅਲ ਆ ਗਿਆ ਇੱਥੋਂ ਲਾਈਟ ਗਈ ਤੇ ਲਾਈਟ ਬੈਂਡ ਹੋ ਗਈ ਤੇ ਇਹਦੇ ਵਿੱਚ ਰੀਫ੍ਰੈਕਸ਼ਨ ਵਾਲਾ ਫੀਨੋਮੈਨਾ ਵੀ ਯੂਜ਼ ਹੁੰਦਾ ਹੈ ਤੇ ਨਾਲ ਹੀ ਨਾਲ ਟੋਟਲ ਇੰਟਰਨਲ ਰੀਫ੍ਰੈਕਸ਼ਨ ਵੀ ਟੋਟਲ ਇੰਟਰਨਲ ਰੀਫ੍ਰੈਕਸ਼ਨ ਕੀ ਹੁੰਦੀ ਹੈ ਜਦੋਂ ਦੇਖੋ ਜੀ ਟੋਟਲ ਇੰਟਰਨਲ ਰੀਫ੍ਰੈਕਸ਼ਨ ਕੀ ਹੁੰਦੀ ਹੈ ਕਿ ਜਦੋਂ ਲਾਈਟ ਰੀਫ੍ਰੈਕਟ ਕਰਨ ਤੋਂ ਬਜਾਏ ਰੀਫਲੈਕਟ ਕਰ ਜੇ ਸੇਮ ਮੀਡੀਅਮ ਦੇ ਵਿੱਚ ਤਾਂ ਉਸ ਪ੍ਰੋਸੀਜਰ ਨੂੰ ਕੀ ਕਹਿੰਦੇ ਆਪਾਂ ਟੋਟਲ ਇੰਟਰਨਲ ਰਿਫਲੈਕਸ਼ਨ ਸਮਝ ਆ ਗਈ ਇਹ ਤਿੰਨੋਂ ਗੱਲਾਂ ਕਿਉਂ ਲਿਖੀਆਂ ਡਿਸਪਰਸਨ ਦਾ ਮਤਲਬ ਹੁੰਦਾ ਹੈ ਸੱਤ ਰੰਗਾ ਚ ਬਿਖਰ ਜਾਣਾ ਰੀਫ੍ਰੈਕਸ਼ਨ ਦਾ ਮਤਲਬ ਇਹ ਹੁੰਦਾ ਹੈ ਕਿ ਇੱਕ ਮੀਡੀਅਮ ਤੋਂ ਅਨਦਰ ਮੀਡੀਅਮ ਦੇ ਵਿੱਚ ਮਤਲਬ ਆਪਣਾ ਬੈਂਡ ਹੋਣਾ ਲਾਈਟ ਤੇ ਟੋਟਲ ਇੰਟਰਨਲ ਰਿਫਲੈਕਸ਼ਨ ਕੀ ਹੁੰਦੀ ਹੈ ਜਦੋਂ ਲਾਈਟ ਰੀਫ੍ਰੈਕਟ ਕਰਨ ਤੋਂ ਬਾਅਦ ਜੇ ਰਿਫਲੈਕਟ ਹੋ ਜਾਂਦੀ ਹੈ ਇਹਦਾ ਐਗਜ਼ਾਮਪਲ ਤੁਹਾਨੂੰ ਸਮਝਾ ਦਿੰਨੀ ਆ ਮੰਨ ਲਓ ਇਹ ਕੀ ਹੈ ਵਾਟਰ ਡ੍ਰੋਪਲੇਟ ਹੈ ਇਹ ਕੀ ਹੈ ਵਾਟਰ ਡ੍ਰੋਪਲੇਟ ਹੈ ਚਲੋ ਜੀ ਆਪਾਂ ਆਹੀ ਕੁਸ਼ਚਨ ਸਮਝ ਲੈਨੇ ਬਾਕੀ ਬਾਅਦ ਚ ਕਰ ਲਾਂਗੇ ਇਹਨੂੰ ਹੀ ਡਿਟੇਲ ਦੇ ਵਿੱਚ ਸਮਝਾ ਦਿੰਨੀ ਆ ਰੇਨਬੋ ਦਾ ਫੀਨੋਮੈਨਾ ਕੀ ਹੁੰਦਾ ਹੈ ਜਦੋਂ ਮੰਨ ਲਓ ਮੀਂਹ ਪੈ ਕੇ हटਿਆ ਮੀ ਪੈ ਕੇ ਹਟ ਗਿਆ ਉਸ ਤੋਂ ਬਾਅਦ ਕੀ ਹੁੰਦਾ ਹੈ ਜੋ ਐਟਮੋਸਫੇਅਰ ਦੇ ਵਿੱਚ ਵਾਟਰ ਡ੍ਰੋਪਲੇਟਸ ਰਹਿ ਜਾਂਦੇ ਨੇ ਕੁਝ ਪਾਣੀ ਦੇ ਮਤਲਬ ਕੁਝ ਕੁਝ ਡ੍ਰੌਪਸ ਰਹਿ ਜਾਂਦੀਆਂ ਨੇ ਤੇ ਉਹ ਮੈਂ ਇੱਕ ਡ੍ਰੌਪ ਬਣਾਤਾ ਤੇ ਉਸ ਤੋਂ ਬਾਅਦ ਕੀ ਹੁੰਦਾ ਅਗਰ ਸੂਰਜ ਦੀ ਰੋਸ਼ਨੀ ਆਈ ਮਤਲਬ ਸਨਲਾਈਟ ਪਈ ਤੇ ਸਨਲਾਈਟ ਵੀ ਇੱਕ ਕਿਹਦੀ ਤਰ੍ਹਾਂ ਐਕਟ ਕਰਦੀ ਹੈ ਵਾਈਟ ਲਾਈਟ ਦੀ ਤਰ੍ਹਾਂ ਐਕਟ ਕਰਦੀ ਹੈ ਮੰਨ ਲਓ ਜੀ ਸਨਲਾਈਟ ਐਵੇਂ ਪਈ ਇਸ ਡ੍ਰੌਪਲੇਟ ਦੇ ਉੱਪਰ ਡ੍ਰੌਪਲੇਟ ਤੇ ਪਈ ਤੇ ਉਸ ਤੋਂ ਬਾਅਦ ਕੀ ਹੁੰਦਾ ਇਹ ਲਾਈਟ ਹੋਗੀ ਬੈਂਡ ਕੀ ਹੋ ਗਈ ਬੈਂਡ ਹੋ ਗਈ ਓਕੇ ਤੇ ਇਹ ওয়াটার ড্রপਲੇਟ ਕੀ ਤਰੀਕਾ ਐਕਟ ਕਰਦਾ ਹੈ ਇੱਕ ਪ੍ਰিজਮ ਦੀ ਤਰ੍ਹਾਂ ਐਕਟ ਕਰਦਾ ਹੈ ਕੀ ਤਰੀਕਾ ਕਰਦਾ ਹੈ ਜੀ ਪ੍ਰিজਮ ਦੀ ਤਰ੍ਹਾਂ ਐਕਟ ਕਰਦਾ ਹੈ ਤਾਂ ਉਸ ਤੋਂ ਬਾਅਦ ਦੇਖੋ ਇਹ ਲਾਈਟ ਕਿੱਥੇ ਤਾਂ ਇੱਥੇ ਜਾਣੀ ਸੀ ਬਟ ਨਹੀਂ ਇਹਦਾ ਐਂਗਲ ਕੀ ਹੁੰਦਾ ਹੈ ਇਨਸੀਡੈਂਟ ਮਤਲਬ ਕ੍ਰਿਟੀਕਲ ਐਂਗਲ ਨਾਲੋਂ ਵੱਡਾ ਹੁੰਦਾ ਹੈ ਇਸ ਕਰਕੇ ਇਹ ਸੇਮ ਮਤਲਬ ਸੇਮ ਸੇਮ ਇੱਧਰ ਕੀ ਹੁੰਦੇ ਸੇਮ ਮੀਡੀਅਮ 'ਚ ਕੀ ਕਰ ਜਾਂਦੀ ਹੈ ਆਪਣੇ ਕੋਲ ਰਿਫਲੈਕਟ ਕਰ ਜਾਂਦੀ ਹੈ ਰਿਫਲੈਕਟ ਕਰਨ ਤੋਂ ਬਾਅਦ ਜਦੋਂ ਇਹ ਬਾਹਰ ਆਂਦੀ ਹੈ ਤਾਂ ਆਪਣੇ ਕੋਲ ਕੀ ਸ਼ੋ ਹੁੰਦੇ ਸੈਵਨ ਕਲਰ ਸ਼ੋ ਹੁੰਦੇ ਨੇ ਤੇ ਇਹ ਹੁੰਦਾ ਜੀ ਮੇਨ ਪ੍ਰਿੰਸੀਪਲ ਕਾਦਾ ਰੇਨਬੋ ਦੀ ਫਾਰਮੇਸ਼ਨ ਦਾ ਕਿਦਾ ਹੁੰਦਾ ਜੀ ਰੇਨਬੋ ਦੀ ਫਾਰਮੇਸ਼ਨ ਦਾ ਸਮਝ ਆ ਗਈ ਤੁਹਾਨੂੰ ਇਹ ਚੀਜ਼ ਨੇ ਜਾਂ ਨਹੀਂ ਸਮਝ ਆਈ ਹਾਂਜੀ ਲਾਈਟ ਫਰਮ ਸਨ ਸਕੈਟਰਡ ਬਾਈ ਵਾਟਰ ਡ੍ਰੋਪਲੇਟਸ ਬਿਲਕੁਲ ਸਹੀ ਆ मेनू पहला ये दसो रेनबो वाला सबनु कांसेप्ट समझ आ गया या नहीं आया एक बार दस दो जी हाँ जी समझ आ गया यस यस लिख दो नहीं समझ आया तो ना भी लिख सओ दुम ਤਾਂ ਚਲੋ ਜੀ ਫਿਰ ਅੱਜ ਦਾ ਟਾਈਮ ਨਾ ਦੇਖੋ ਪਤਾ ਹੀ ਨਹੀਂ ਲੱਗਿਆ ਆਪਾਂ ਕੁਐਸ਼ਨਸ ਨੂੰ ਕਾਫੀ ਡਿਟੇਲਿੰਗ ਵਿੱਚ ਕਰੀ ਜਾਂਦੇ ਸੀ ਕਿ ਆਪ ਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਹੁਣ ਦੇਖਿਆ ਕਿ ਟਾਈਮ ਇੰਨਾ ਹੋ ਗਿਆ ਤਾਂ ਫਿਰ ਆਪਾਂ ਬਾਕੀ ਕੁਐਸ਼ਨਸ ਕੱਲ ਕਰ ਲਾਂਗੇ ਕੱਲ ਕੰਟੀਨਿਊ ਕਰ ਲਾਂਗੇ ਤੇ ਅੱਜ ਦਾ ਸੈਸ਼ਨ ਆਪਣਾ ਇੱਥੋਂ ਤੱਕ ਹੀ ਹੈ ਕਿਸੇ ਨੂੰ ਕਿਸੇ ਵੀ ਤਰੀਕੇ ਦੇ ਡਾਊਟ ਹੈਗਾ ਕੋਈ ਦਿੱਕਤ ਹੈ ਪਰੇਸ਼ਾਨੀ ਹੈ ਕੁਝ ਵੀ ਹੈ ਮੈਨੂੰ ਤੁਸੀਂ ਦੱਸ ਸਕਦੇ ਹੋ ਹੁਣ ਕਿਸੇ ਵੀ ਤਰ੍ਹਾਂ ਡਾਊਟ ਹੋਵੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਹਲੇ 2 ਮਿੰਟ ਮੈਂ ਤੁਹਾਡੀ ਗੱਲਾਂ ਸੁਣੂੰਗੀ ਹਾਂਜੀ ਪ੍ਰਿਜ਼ਮ ਵਾਲਾ ਐਕਸਪੈਰੀਮੈਂਟ ਹੁੰਦਾ ਸੀ ਜੀ ਹੁੰਦਾ ਸੀ ਆ ਦੇਖੋ ਜੀ ਆਪਣਾ ਰੇਨਬੋ ਕਿੰਨਾ ਸੋਹਣਾ ਲੱਗ ਰਿਹਾ ਇਦਾਂ ਦਾ ਬਣ ਜਾਂਦਾ ਰੇਨਬੋ ਕੀ ਕਹਿ ਰਹੇ ਹੋ ਪਲੇਲਿਸਟ ਹਾਂਜੀ ਜੀ ਇਹਦੀ ਪਲੇਲਿਸਟ ਬਣੀ ਹੋਈ ਹੈ ਜਿੰਨੀ ਵੀ ਅਪਾ ਅੱਜ ਤੱਕ ਸਾਇੰਸ ਕਰਵਾਈ ਹੈ ਸਾਰਿਆਂ ਦੀ ਪਲੇਲਿਸਟ ਬਣੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਕਹਿੰਦੇ ਹੋ ਹੋਮਵਰਕ ਕੁਸ਼ਨ ਦੇ ਦਿਓ ਤੁਸੀਂ ਕਰਦੇ ਹੈ ਨਹੀਂ ਹੋਮਵਰਕ ਕੁਸ਼ਨ ਮੰਗੇ ਜਾਂਦੇ ਹੋ ਤੁਸੀਂ ਕਰਦੇ ਹੈ ਨਹੀਂ ਕਮੈਂਟ ਇੱਕ ਦਿਨ ਵੀ ਕੀਤਾ ਤੁਸੀਂ ਹੋਮਵਰਕ ਦਾ ਇੱਕ ਅੱਧਾ ਬੱਚਾ ਕਰ ਦਿੰਦਾ ਕਿਤੇ ਨਾ ਕਿਤੇ ਪਲੇਲਿਸਟ ਜੀ ਆਪਣੇ ਪੰਜਾਬ ਅੱਡਾ 247 ਦੇ YouTube ਚੈਨਲ ਤੇ ਬਣੀ ਹੋਈ ਹੈ ਪਲੇਲਿਸਟ ਵਿੱਚ ਜਾ ਕੇ ਚੈੱਕ ਕਰ ਲਓ ਵਧੀਆ ਸੀ ਕਲਾਸ ਤਾਂ ਚਲੋ ਵਧੀਆ ਗੱਲ ਹੈ ਤੁਹਾਨੂੰ ਸਮਝ ਆਣੀ ਚਾਹੀਦੀ ਹੈ ਹੋਰ ਕੀ ਚਾਹੀਦਾ ਆਪਾਂ ਨੂੰ ਚਲੋ ਜੀ ਤੁਹਾਨੂੰ ਹੋਮਵਰਕ ਕੁਸ਼ਨ ਦੇ ਹੀ ਦਿੰਨੇ ਆ ਚਲੋ ਜੀ ਦੇਖ ਲਓ ਜੀ ਆ ਲੈ ਲਓ ਆਪਣਾ ਹੋਮਵਰਕ ਕੁਸ਼ਨ ਸਾਰੇ ਨੇ ਸੋਲਵ ਕਰਕੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਆਨਸਰ ਜ਼ਰੂਰ ਕਰਨਾ ਹੈ ਇਹਦਾ ਤੁਸੀਂ ਸਕਰੀਨਸ਼ਾਟ ਲੈ ਲਓ ਜੀ ਆਪਣਾ ਇਹ ਹੋਏਗਾ ਹੋਮਵਰਕ ਕੁਸ਼ਨ ਡੇਲੀ ਕਲਾਸ ਆਪਣੀ ਲੱਗਦੀ ਹੈ ਜੀ 12 ਵਜੇ ਦੇਖ ਲਓ ਜੀ 12 ਵਜੇ ਆਪਣੀ ਡੇਲੀ ਕਲਾਸ ਹੁੰਦੀ ਹੈ ਸਾਇੰਸ ਦੀ ਤੇ 2 ਵਜੇ ਵੀ ਆਇਆ ਕਰੋ 2 ਵਜੇ ਆਪਣੀ ਕਲਾਸ ਹੁੰਦੀ ਹੈ ਮੈਥ ਦੀ ਅੱਜ ਮੈਥ ਦਾ ਨਵਾਂ ਚੈਪਟਰ ਸ਼ੁਰੂ ਹੋਣ ਜਾ ਰਿਹਾ ਹੈ ਪਰਸੈਂਟੇਜ ਤੇ ਜੋ ਵੀ ਜੁੜਨਾ ਚਾਹੁੰਦਾ ਹੈ ਨਵਾਂ ਬੱਚਾ ਤਾਂ ਉਹ ਅੱਜ ਦੀ ਕਲਾਸ ਤੋਂ ਜੁੜ ਸਕਦਾ ਹੈ ਕਿਉਂਕਿ ਆਪਾਂ ਨਵਾਂ ਚੈਪਟਰ ਸਟਾਰਟ ਕਰਾਂਗੇ ਤਾਂ ਤੁਹਾਨੂੰ ਚੰਗੀ ਤਰ੍ਹਾਂ ਕਲੀਅਰ ਹੋ ਜਾਏਗੀ ਇੱਕ ਇੱਕ ਚੀਜ਼ ਆ ਲੈ ਲਓ ਜੀ ਠੀਕ ਹੈ ਚਲੋ ਜੀ ਅਗਰ ਆ ਚੀਜ਼ ਕਲੀਅਰ ਹੋ ਗਈ ਤਾਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨੇ ਆ ਇੱਕ ਗੱਲ ਹੋਰ ਕੀ ਹੈ ਕਿ ਆਪਣੇ ਕੱਲ ਤੋਂ ਕੱਲ ਤੋਂ ਆਪਣੇ ਕੀ ਹੋਣ ਜਾ ਰਹੇ ਨਵੇਂ ਬੈਚਸ ਸ਼ੁਰੂ ਹੋਣ ਜਾ ਰਹੇ ਆ ਕਿਹੜੇ ਬੈਚਸ ਜੀ ਅਗਰ ਤੁਸੀਂ ਕਿਸੇ ਹੋਰ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹੋ ਮਨ ਲੋ ਤੁਸੀਂ ਪੀਪੀਐਸਸੀ ਸੀਨੀਅਰ ਅਸਿਸਟੈਂਟ ਦੀ ਕਰ ਰਹੇ ਹੋ ਕੋਆਪਰੇਟਿਵ ਇਨਸਪੈਕਟਰ ਦੀ ਕਰ ਰਹੇ ਹੋ ਦੇਖੋ ਪੀਪੀਐਸਸੀ ਕੋਆਪਰੇਟਿਵ ਇਨਸਪੈਕਟਰ ਦਾ ਰਿਵੀਜ਼ਨ ਬੈਚ ਵੀ ਆਪਣੇ ਕੋਲ ਸ਼ੁਰੂ ਹੋ ਚੁੱਕਿਆ ਹੈ ਕੱਲ ਤੋਂ ਹੋਣ ਜਾਏਗਾ ਜੀ ਕੱਲ ਸ਼ੁਰੂ ਹੋ ਜਾਏਗਾ ਅਗਰ ਕੋਈ ਐਨਰੋਲਮੈਂਟ ਚਾਹੁੰਦਾ ਹੈ ਤਾਂ ਤੁਸੀਂ ਕਰ ਸਕਦੇ ਹੋ ਅੱਜ ਤਾਂ ਹੋਰ ਵੀ ਦੇਖੋ ਜੀ ਫੋਰੈਸਟ ਗਾਰਡ ਵਗੈਰਾ ਤੁਹਾਨੂੰ ਦਿਖਾ ਦਿੰਨੇ ਆਪਾਂ ਆਪਣੇ ਕੋਲ ਸਟੇਟ ਐਗਜ਼ਾਮਸ ਆ ਗਿਆ ਸਟੇਟ ਐਗਜ਼ਾਮਸ ਤੋਂ ਬਾਅਦ ਆਪਾਂ ਪੰਜਾਬ ਤੇ ਕਲਿੱਕ ਕਰਨਾ ਤੇ ਟ੍ਰਿਪਲ ਐਸਬੀ ਦੇ ਨਵੇਂ ਬੈਚਸ ਕੱਲ ਲਾਂਚ ਹੋਣ ਜਾ ਰਹੇ ਜੀ ਦੇਖੋ ਵੀਡੀਓ ਗ੍ਰਾਮ ਸੇਵਕ ਦਾ ਫੋਰੈਸਟ ਗਾਰਡ ਦਾ ਟ੍ਰਿਪਲ ਐਸਬੀ ਕਲਰਕ ਦਾ ਸਾਰੇ ਤੇ ਐਕਸਾਈਜ਼ ਇੰਸਪੈਕਟਰ ਸਾਰਿਆਂ ਦੇ ਬੈਚ ਕੱਲ ਤੋਂ ਸ਼ੁਰੂ ਹੋਣ ਜਾ ਰਹੇ ਹੈ ਅਗਰ ਕੋਈ ਵੀ ਐਨਰੋਲਮੈਂਟ ਚਾਹਦਾ ਹੈ ਤਾਂ ਤੁਸੀਂ ਬਾਏ ਨਾਓ ਤੇ ਕਲਿੱਕ ਕਰ ਸਕਦੇ ਹੋ ਤੇ ਬਾਏ ਨਾਓ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਤਾਂ ਦੇਖੋ ਜੀ 699 ਦਾ ਹੈ ਅਗਰ ਤੁਸੀਂ ਕਰਨਾ ਚਾਹੁੰਦੇ ਤਾਂ ਦੇਖੋ ਜੀ ਇੱਥੇ ਕੋਡ ਲਗਾ ਸਕਦੇ ਹੋ ਭਾਈ 564 ਇਹਦੇ ਨਾਲ ਤੁਹਾਨੂੰ ਮਿਲ ਜੇਗਾ ਜੀ ਡਿਸਕਾਊਂਟ ਡਿਸਕਾਊਂਟ ਕਿੰਨੇ ਦਾ ਜੀ ਦੇਖੋ 1609 ਰੁਪਏ ਦਾ ਰਹਿ ਜਾਏਗਾ ਇਹ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਤੁਹਾਨੂੰ ਸਾਰਾ ਸਿਲੇਬਸ ਮਿਲੇਗਾ ਜੀ ਇੱਕ ਇੱਕ ਚੀਜ਼ ਤਵੇ ਚੀਜ਼ ਤੁਸੀਂ ਕਰ ਸਕਦੇ ਹੋ ਤਾਂ ਫਿਰ ਦੇਖੋ ਜੀ ਇੰਨੀ ਕੁ ਹੀ ਗੱਲ ਸੀ ਤਾਂ ਫਿਰ ਅੱਜ ਦੇ ਲਈ ਸਾਰਿਆਂ ਨੂੰ ਜੀ ਧੰਨਵਾਦ ਸਾਰਿਆਂ ਨੂੰ ਧੰਨਵਾਦ ਸਾਰਿਆਂ ਦਾ ਧੰਨਵਾਦ हां जी ਇੱਥੇ ਡੇਲੀ ਐਮਸੀਕਿਊਜ਼ ਹੀ ਚੱਲ ਚੱਲ ਰਿਹਾ ਤੇ ਨਾਲ-ਨਾਲ ਆਪਾਂ ਕੋਸ਼ਿਸ਼ ਕਰਦੇ ਆਂ ਕਿ ਮਤਲਬ ਉਹਦੀ ਉਹਦੇ ਰਿਲੇਟਿਡ ਜੋ ਗੱਲਾਂ ਦੱਸ ਸਕਦੇ ਉਹ ਦੱਸਾਂਗੇ ਤੁਹਾਨੂੰ ਚਲੋ ਜੀ ਫਿਰ ਆਪਾਂ ਮਿਲਦੇ ਆਂ 2 ਵਜੇ ਵਾਲੀ ਕਲਾਸ ਦੇ ਵਿੱਚ 2 ਵਜੇ ਆਪਣੀ ਹੋएगी ਮੈਥ ਦੀ ਕਲਾਸ ਪਰਸੈਂਟੇਜ ਦੀ ਕਲਾਸ ਵਿੱਚ ਸਭ ਨੇ ਜਰੂਰ ਜੁੜਨਾ ਹੈ ਪਹਿਲਾਂ ਹੀ ਉਸ ਸੈਸ਼ਨ ਨੂੰ ਸ਼ੇਅਰ ਕਰਕੇ ਰੱਖ ਦਿਓ ਲਾਈਕ ਕਰਕੇ ਰੱਖ ਦਿਓ ਟਿੱਕੇ ਵੱਧ ਤੋਂ ਵੱਧ ਜਨਿਆਂ ਦੇ ਵਿੱਚ ਸ਼ੇਅਰ ਕਰ ਦਿਓ ਫਿਰ ਮਿਲਦੇ ਆਂ ਆਪਾਂ 2 ਵਜੇ ਫਿਰ ਸਾਰਿਆਂ ਨੂੰ ਸਸ਼ੇ ਗੱਲ ਜੀ